ठाकुर प्रतपालक नायक खसम हमारे निमख निमख तुम ही प्रतपाल हम बारक तुमरे तारे तुम दाते ठाकुर प्रतपालक नायक खसम हमारे निमख निमख तुम ही प्रतपाल हम बारक तुमरे तारे जेहवा एक कवन गुन कहिया बेसुमार बेअंत स्वामी तेरो अंत न कन्ही लहिया रहाओ कोट पराद हमारे खंड अनक विधि समझाओ हम अज्ञान अल्प मत थोरी तुम अपन बिरद रखाव तुमरी शरण तुम्हारी आशा तुम ही सज्जन सुहेले राख राखन हार दयाला नानक करके गोले तुमरी शरण तुम्हारी आशा तुम ही सज्जन सुहेले राखो राखन हार दयाला नानक करके गोले वाहिगुरु जी का खालसा वाहिगुरु जी की फतेह। परम सत्कार जो गुरु सवारी साध संगत जी सारी संगत नु वधाइयां प्राप्त होण। अज सत संगत जी थों थों ते दुनिया भर दे अंदर सतगुरु नानक देव साहिब जी दे आगमन दी खुशी दे अंदर सारियां संगतां धार्मिक स्थानां ते जुड़ रहियां हन। मारिया सिक्का जगत च नानक निर्मल पंथ चलाया उस वाहिगुरु ने सतसंग जी अनकंगना बिदते जस मनसा सा नानका अनक रहत परमात्म जोई नानक नाम कहावै सोई। ऐसे निरंकार ने सतसंग जी नानक रूप सदाया है माता तृप्ता दी कुख नू भाग लाउंदिया होया जन्मा जन्मा दी तपस्या नू फल देण वास्ते बाबा कालू जी दी नू अज दे दिन सतसंग जी नन्नी जी देह दे विच सतसंग जी निरंकार ने ननकाणे साहिब जिस नगर नू नाए भो दी तलवंडी कहंदे सी उत्थे सतसंग जी ददारे दित्ते हन। भाई गुरदास जी ने फरमाया सतगुरु नानक प्रगटिया मिट्टी धुंद जग चानण होआ। सतगुरु जी प्रगट तो होए निराकार तो सतसंग जी निरंकार तो सदाई प्रगट है जम्मण मरण तो निर्लेप है। प्रगट क्यों कहा सतसंग जी वाहिगुरु भी कदे जम्मिया है अवतारा दे अवतार दिवस जो दुनिया मनाउंदी है उन्हां दा गुरबाणी विच खंडन कीता है। सगली थीत पास डार राखी अष्टम थीत गोविंद जन्मा सी भरम भूले नर करत कचरायण जन्म मरण ते रहत नारायण कर पंजीर खुआयो चोर वो जन्म ना मरे रे साकत ढोर कर अपराध देह लो रोनी सो मुख जलो जित कहे ठाकुर जूनी। वो मुंह क्यों ना सड़ जे गुरु अर्जन देव जी कहंदे जेड़ा कहंदे परमेश्वर जम्मिया है नाले। सत संगत जी कृष्ण भगवान विष्णु दा अवतार हन निरंकार दा नहीं। जितने अवतार होए दस अवतारी राम राजा आया दस मुख अवतार ने
ਦੂਸਰੇ ਸਤਸੰਗ ਜੀ 14 ਗੌਣ ਹਨ। ਸ਼ਿਵਜੀ ਦੇ ਅਵਤਾਰ, ਬ੍ਰਹਮਾ ਦੇ ਅਵਤਾਰ, ਵਿਸ਼ਨੂੰ ਦੇ ਅਵਤਾਰ ਇਹ ਆਉਂਦੇ ਭਏ, ਲੇਕਿਨ ਸਾਕਸ਼ਾਤ ਸਤਸੰਗ ਜੀ ਨਿਰੰਕਾਰ ਅਕਾਲ ਪੁਰਖ ਅੰਤਰਜਾਮੀ ਨੇ। ਆਹ ਕਲਯੁਗ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਵਿਸ਼ੇਸ਼ ਕਰਕੇ ਜੇ ਅਵਤਾਰ ਧਾਰਿਆ ਤਾਂ ਉਹ ਗੁਰੂ ਨਾਨਕ ਰੂਪ ਹੀ ਧਾਰਿਆ ਹੈ। ਇਹਦੇ 'ਚ ਕੋਈ ਅਤ ਉਪਮਾ ਨਹੀਂ ਹੈ। ਕਿਉਂ ਧਾਰਿਆ ਸਤਸੰਗ ਜੀ? ਇਹ ਵਿਸ਼ੇਸ਼ ਸਤਸੰਗ ਜੀ 10,000 ਸਾਲ ਦਾ ਅਰਸਾ ਸਤਯੁਗ ਦੇ ਵਿੱਚੋਂ ਹਿੱਸਾ ਕੱਟ ਕੇ ਸਤਸੰਗ ਜੀ ਕਲਯੁਗ ਦੇ ਮੂਹਰੇ ਲਾਇਆ। ਵਾਹਿਗੁਰੂ ਸਮਰੱਥ ਹੈ, ਸਭ ਕੁਛ ਕਰ ਸਕਦਾ, ਸਮੇਂ ਦੀ ਤਬਦੀਲੀ ਕਰ ਸਕਦਾ ਹੈ। ਸਮਾਂ ਉਸਨੇ ਬਣਾਇਆ, ਉਹ ਸਮੇਂ ਦੇ ਅਧੀਨ ਨਹੀਂ, ਆਪਾਂ ਸਮੇਂ ਦੇ ਅਧੀਨ ਹਾਂ। ਕਾਲ ਨੋ ਕੋ ਕਾਲ, ਮਹਾਂਕਾਲ ਨੋ ਕੋ ਕਾਲ ਹੈ। ਕਾਲ ਦੀ ਰਚਨਾ ਉਹੀ ਰਚਨ ਵਾਲਾ ਹੈ। ਜਿਸ ਵੇਲੇ ਸਤਯੁਗ ਦੇ ਅੰਦਰ ਵੇਣੂ ਰਾਜੇ ਨੇ ਸਤਸੰਗ ਜੀ ਦੇਵਜਾਨੀ ਲੜਕੀ ਸ਼ੁਕਰਾਚਾਰੀ ਦਾ ਸੱਤ ਤੋੜਿਆ, 10,000 ਸਾਲ ਤੱਤੇ ਰੇਤੇ ਦੀ ਵਰਖਾ ਹੋਈ, ਕਲਯੁਗ ਨੂੰ ਵੀ ਤਰਪਾ ਕੇ ਰੱਖ ਦਿੱਤੇ ਲੋਕ। ਉਹ ਜਿਹੜਾ ਸਮਾਂ ਦੁੱਖ ਦਾ ਲੰਘਿਆ ਸਤਯੁਗ ਦਾ, ਐਵੇਂ ਨਹੀਂ ਕਹਿੰਦੇ ਭਾਈ ਗੁਰੂ ਨਾਨਕ ਦੇਵ ਨੇ ਅਵਤਾਰ ਧਾਰ ਕੇ ਕਲਯੁਗ ਵੀ ਸਤਯੁਗ ਵਰਤਾ ਦਿੱਤਾ। ਸਾਰੀਆਂ ਸੰਗਤਾਂ ਦੀ ਰਚਨਾ 'ਤੇ ਇਹ ਵਚਨ ਹੈ। ਇਸ ਸਮੇਂ ਦੀ ਸਫਲਤਾ ਵਾਸਤੇ ਕਿ ਹੋਵੇ ਕਲਯੁਗ, ਸਤਯੁਗ ਕਿਵੇਂ ਉਹਨਾਂ ਸਮਾਂ ਵਰਤੇਗਾ, ਇਹ ਗੁਰੂ ਅਕਾਲ ਪੁਰਖ ਅੰਤਰਜਾਮੀ ਨੇ ਗੁਰੂ ਨਾਨਕ ਰੂਪ ਧਾਰ ਕੇ ਵਰਤਾਇਆ। ਆ ਸੱਚਖੰਡੋ ਬਾਣੀ ਲਿਆਂਦੀ, 10 ਜੋਤਾਂ 'ਚ ਵਰਤੇ, ਥਾਂ ਥਾਂ 'ਤੇ ਸੰਗਤਾਂ ਦੀਆਂ ਫਰਵਾੜੀਆਂ ਕਾਇਮ ਕਰ ਦਿੱਤੀਆਂ। ਇਸੇ ਕਰਕੇ ਸਾਰੇ ਧਰਮਾਂ ਵੱਲ ਨੂੰ ਤੱਕ ਕੇ ਦੇਖ ਲਿਓ, ਇੱਕ ਦੂਜੇ ਦੇ ਵਿਰੋਧੀ ਨੇ। ਖਾਲਸਾ ਜੀ ਆਖੋ ਵਾਹਿਗੁਰੂ, ਆਹ ਧਰਮ ਕਿਸੇ ਦਾ ਵਿਰੋਧੀ ਨਹੀਂ ਹੈ। ਇਸ ਘਰ ਵਿੱਚ ਕਿਸੇ ਧਰਮ ਦੀ ਵਿਰੋਧਤਾ ਨਹੀਂ ਹੈ। ਜੇ ਵਿਰੋਧਤਾ ਹੈ ਤਾਂ ਪਖੰਡ ਦੀ ਹੈ, ਜ਼ੁਲਮ ਦੀ ਹੈ। ਉੱਥੇ ਵਿਰੋਧਤਾ ਹੀ ਕੀਤੀ ਜਾਂਦੀ ਨਹੀਂ। ਸਤਸੰਗਤ ਜੀ, ਇਹ ਗੁਰੂ ਨਾਨਕ ਦੇਵ ਜੀ ਦਾ ਧਰਮ ਕਿਸੇ ਦਾ ਵਿਰੋਧ ਨਹੀਂ। ਗੁਰਬਾਣੀ ਵਿੱਚ ਸਤਸੰਗਤ ਜੀ, ਜਿੱਥੇ ਤੱਕ ਮਰਜ਼ੀ ਵਿਚਾਰ ਕਰਕੇ ਤੱਕ ਲਓ, ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਜੇ ਕੋਈ ਤੁਹਾਨੂੰ ਪੁੱਛੇ ਕਿਹੜਾ, ਅਦਵੈਤ ਸਿਧਾਂਤ ਹੈ ਕਿ ਕਿਸੇ ਨਾਲ ਵੀ ਦਵੈਸ਼ ਨਾ ਕਰਨੀ। ਪੁੱਛਦੀ ਆ ਦੁਨੀਆ, ਤੁਹਾਡਾ ਧਰਮ ਨਵਾਂ ਚੱਲਿਆ, ਸਿਧਾਂਤ ਕੀ ਹੈ? ਸਾਡਾ ਅਦਵੈਤ ਸਿਧਾਂਤ ਹੈ। ਸੋ ਖਾਲਸਾ ਜੀ, ਅੱਜ ਆਪ ਜੀ ਦੇ ਅਵਤਾਰ ਧਾਰਨ ਦਾ ਕਾਰ ਦਿਵਸ ਹੈ। ਸਿੱਧੀਆਂ ਸਤਸੰਗ ਜੀ ਸਾਖੀਆਂ, ਸੰਖੇਪ ਆਪ ਜੀ ਦਾ ਸਤਸੰਗਤ ਜੀ ਇਸ ਦੇਹ ਵਿੱਚ ਬੈਠ ਕਰਕੇ ਪਰਉਪਕਾਰ ਕਰਨੇ, ਉਹ ਹਮੇਸ਼ਾ ਆਪਾਂ ਸਤਸੰਗ ਜੀ ਸੁਣਦੇ ਹੀ ਰਹਿੰਦੇ ਨੇ ਰਹਿੰਦੇ। ਲੇਕਿਨ ਪੂਰਵੋਕਤ ਵੀ ਮੈਂ ਵਿਚਾਰ ਦਿੱਤਾ ਹੈ ਕਿ ਸਮਾਂ ਵਾਹਿਗੁਰੂ ਦੇ ਅਧੀਨ ਹੈ, ਸਮੇਂ ਦੇ ਅਧੀਨ ਵਾਹਿਗੁਰੂ ਨਹੀਂ ਹੈ। ਸਮੇਂ ਦੀ ਵੰਡ ਸੂਰਜ ਚੰਦਰਮਾ ਕਰਦੇ, ਰਾਤ ਦਿਨ ਬਣਦੇ, ਲੇਕਿਨ ਸੂਰਜ ਚੰਦਰਮਾ ਤਾਂ ਵਾਹਿਗੁਰੂ ਨਾਲ ਉੱਚੇ ਨਹੀਂ ਹਨ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਚੰਦਰਮਾ ਦਾ ਵੀ, ਸੂਰਜਾਂ ਦਾ ਜੋ ਪ੍ਰਕਾਸ਼ ਰੂਪ ਹੈ, ਉਸ ਨੂੰ ਸਦਾ ਹੀ ਖਾਲਸੇ ਦੀ ਨਮਸਕਾਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ 1526 ਬਿਕਰਮੀ ਦੇ ਅੰਦਰ ਆਪ ਨੇ ਅਵਤਾਰ ਧਾਰਨਾ, ਦੇਹ ਪ੍ਰਾਪਤ ਕਰਨੀ, ਦੌਲਤਾਂ ਦਾਈ ਨੇ ਸਤਸੰਗਤ ਜੀ ਦੰਗ ਹੋ ਜਾਣਾ ਦਰਸ਼ਨ ਕਰਕੇ। ਜਿੰਨੇ ਬੱਚੇ ਨੇ ਸਤਸੰਗਤ ਜੀ, ਇਹ ਪਰਮੇਸ਼ੁਰ ਦੀ ਨੇਤ ਹੈ। ਜਦੋਂ ਜੀਵ ਸਰੀਰ ਪ੍ਰਾਪਤ ਕਰਦਾ ਉਦੋਂ ਵੀ ਰੋਂਦਾ ਜੰਮਦੇ ਸਾਰ, ਜਦੋਂ ਇਹ ਸਤਸੰਗਤ ਜੀ ਸਰੀਰ ਤਿਆਗਦਾ ਉਦੋਂ ਵੀ ਅੱਖਾਂ 'ਚੋਂ ਅੱਥਰੂ ਨਿਕਲਦੇ ਨੇ। ਲੇਕਿਨ ਇਹ ਲਾਗੂ ਨਹੀਂ ਹੈ ਕਾਨੂੰਨ ਸਤਸੰਗ ਅਵਤਾਰਾਂ 'ਤੇ ਔਰ ਸੰਤਾਂ ਭਗਤਾਂ 'ਤੇ। ਹੱਸਦੇ ਹੱਸਦੇ ਸਵਰਗੇ ਵਸਦੇ, ਪੁੰਨੀਆਂ ਪੁਰਸ਼ਾਂ 'ਤੇ ਵੀ ਨਹੀਂ ਹੈ। ਜਿਸ ਵੇਲੇ ਮਹਾਰਾਜ ਮੁਸਕਰਾਉਂਦੇ ਦੇਖੇ, ਦਾਈ ਹੈਰਾਨ ਰਹਿ ਗਈ, ਕਹਿੰਦੀ ਮੇਰੇ ਹੱਥਾਂ ਵਿੱਚ ਬੜੇ ਬਾਲਕਾਂ ਨੇ ਜਨਮ ਲਿਆ, ਪਰ ਕੋਈ ਹੱਸਦਾ ਬਾਲਕ ਨਾ ਮੈਂ ਦੇਖਿਆ। ਇਉਂ ਨਹੀਂ ਪਤਾ ਸਾਰੀ ਦੁਨੀਆਂ ਰੋਂਦੀ ਨੂੰ ਇਹ ਹਸਾਉਣਗੇ, ਸਭ ਨੂੰ ਸੁੱਖ ਦੇਣਗੇ। ਚਾਰ ਵਰਨ ਚਾਰ ਆਸ਼ਰਮ ਹੈ, ਕੋਈ ਜਪੈ ਗੁਰੂ ਗੁਰੂ ਨਾਨਕ, ਸੋ ਆਪ ਤਰੈ ਕੁੱਲ ਸਗਲ ਤਰਾਦੋ। ਚਾਰੇ ਵਰਨ ਹਨ, ਚਾਰੇ ਆਸ਼ਰਮ ਹਨ, ਬ੍ਰਹਮਚਾਰੀ ਗ੍ਰਿਹਸਥੀ ਆਦਿਕ, ਕੋਈ ਤਾਂ ਜਪੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ 'ਚ ਆ ਕੇ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਵਾਹਿਗੁਰੂ ਦੇ ਨਾਮ ਨੂੰ। ਉਹ ਆਪ ਕਰਨ ਵਾਲੀ ਕੋਈ ਬਾਤ ਨਹੀਂ, ਆਪ ਤਲੈ ਤਰੈ ਕੁੱਲ ਸਗਲ ਤਰਾਦੋ, ਸਾਰੀ ਕੁੱਲ
ਪਿਛਲੀ ਅਗਲੀ ਸਤਸੰਗ ਉਹ ਤਾਰ ਲੈਂਦਾ ਹੈ। ਇਹ ਪ੍ਰਤਾਪ ਗੁਰੂ ਸਾਹਿਬ ਦਾ ਹੈ। ਬਾਲਕ ਵਸਦਾ ਸਤਸੰਗ ਜੀ ਨਨਕਾਣੇ ਸਾਹਿਬ ਦੀਆਂ ਗਲੀਆਂ ਚ ਖੇਡਦਿਆਂ ਦੀ ਗੁਜਰੀ। ਧੰਨ ਉਹਨਾਂ ਦੇ ਉਹ ਸਮਾਂ ਜਦੋਂ ਬਾਲਕਾਂ ਨੇ ਨਨਕਾਣੇ ਸਾਹਿਬ ਦੀਆਂ ਗਲੀਆਂ ਚ ਹੋਰਾਂ ਨੇ ਵੀ ਜਨਮ ਲਿਆ। ਇੰਨੀ ਖਿੱਚ ਸੀ ਮਹਾਰਾਜ ਦੇ ਅੰਦਰ ਆਕਰਸ਼ਣ ਸ਼ਕਤੀ, ਜਿਵੇਂ ਮਿਕਨਾ ਤੀਸ ਹੁੰਦਾ ਹੈ। ਸਾਰੇ ਨਗਰ ਦੇ ਬੱਚੇ ਸਤਿਗੁਰੂ ਜੀ ਪਾਸ ਖੇਡਣ ਆਇਆ ਕਰਦੇ। ਮਿੱਠੀਆਂ ਮਿੱਠੀਆਂ ਆਪਨੇ ਸਤਸੰਗ ਦੀ ਵਿਚਾਰਾਂ ਸੁਣਾਉਣੀਆਂ। ਨਾ ਉਹ ਬੁੱਢਾ ਨਾ ਉਹ ਬਾਲਾ, ਵਾਹਿਗੁਰੂ ਨਾ ਬਾਲਕ ਹੈ ਨਾ ਬੁੱਢਾ ਹੈ। ਭਾਵੇਂ ਸਰੀਰ ਨਿੱਕਾ ਜਿਹਾ ਹੈ ਪਰ ਅਵਸਥਾ ਤਾਂ ਸਤਸੰਗ ਜੀ ਕੋਈ ਫਰਕ ਨਹੀਂ। ਜਿਤਨੇ ਬਾਲਕ ਨੇ ਮਹਾਰਾਜ ਦੇ ਇਰਦ ਗਿਰਦ ਬੈਠ ਜਾਂਦੇ, ਸਾਰਿਆਂ ਵਾਲੀ ਮੁੱਖ ਦਿਸਦਾ, ਸਾਰਿਆਂ ਨੂੰ ਪਿੱਠ ਮਾਰੇ ਦਿਸਦੀ ਨਹੀਂ। ਮਾਂ ਬਾਪ ਸ਼ਾਮ ਨੂੰ ਹਨੇਰੇ ਹੋਏ ਤੋਂ ਹਾਕਾਂ ਮਾਰ ਮਾਰ ਬੱਚਿਆਂ ਨੂੰ ਬਾਹਾਂ ਤੋਂ ਫੜ ਖੜ ਖਿੱਚਾਂ ਖਿੱਚ ਖਿੱਚ ਘਰਾਂ ਨੂੰ ਲਿਜਾਂਦੇ। ਸਤਿਗੁਰੂ ਜੀ ਦੀ ਸੰਗਤ ਵਿੱਚੋਂ ਬੱਚੇ ਉੱਠਦੇ ਨਹੀਂ ਸੀ, ਇੰਨੀ ਆਕਰਸ਼ਣ ਸ਼ਕਤੀ ਸੀ। ਬਾਲਕ ਵਸਤਾ ਜਿਸ ਵੇਲੇ ਤੁਰਨ ਲੱਗੇ, ਘਰ ਦੀਆਂ ਵਸਤੂਆਂ ਚੱਕਣੀਆਂ ਬਾਹਰ ਸਿੱਟ ਆਉਣੀਆਂ। ਮਾਂ ਬਾਪ ਨੂੰ ਕਦੇ ਗੱਲ ਪਾਉਂਦੀ ਹੈ ਘਰ ਦਾ ਨੁਕਸਾਨ? ਬਾਬੇ ਕਾਲੂ ਨੇ ਝਿੜਕਣਾ, ਹਿਰਦੇ ਸਤਸੰਗ ਪਰਪਕਾਰ ਸੀ, ਗਰੀਬਾਂ ਦੇ ਮੂਹਰੇ ਜਾ ਕੇ ਸਿੱਟ ਦੇਣੀ ਵਸਤੂ। ਉਸ ਤੋਂ ਉਪਰੰਤ ਵੱਡੇ ਹੋਏ, ਮਾਤਾ ਪਿਤਾ ਦੇ ਕੁਦਰਤੀ ਸੰਕਲਪ ਹੁੰਦਾ ਕਿ ਬੱਚਾ ਪੜ੍ਹੇ। ਗੋਪਾਲ ਪਾਂਧੇ ਕੋਲ ਪੜ੍ਹਨ ਗਏ, ਬਾਬਾ ਜੀ ਲੈ ਕੇ ਗਏ। ਉਦਣ ਸਤਸੰਗ ਜੀ ਜਿਹੜੀ ਸੁਰਸਤੀ ਸੀ ਉਹਨੂੰ ਚਾਹ ਚੜ੍ਹਿਆ, ਜਿਹੜੀ ਸੁਰਸਤੀ ਨੂੰ ਦੁਨੀਆਂ ਪੂਜਦੀ ਫਿਰਦੀ ਆ ਕਵੀ ਲੋਕ, ਕਿ ਅੱਜ ਮੈਂ ਗੁਰੂ ਨਾਨਕ ਦੇਵ ਜੀ ਦੀ ਰਸਨਾ ਦੇ ਉੱਤੇ ਪਵਿੱਤਰ ਹੋਵਾਂਗੀ ਪ੍ਰਗਟ ਹੋ ਕੇ। ਜਾਲ ਮੋਹ ਕਸਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਰਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰਾ ਬਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਕੌਣ ਆ ਜਿਹੜਾ ਲੇਖੇ ਦੇ ਅੰਦਰ ਨਹੀਂ ਹੈ? ਕੌਣ ਆ ਜਿਹਨੂੰ ਨਹੀਂ ਕਰਮਾਂ ਧਰਮਾਂ ਦੇ ਹਿਸਾਬ ਕਿਤਾਬ ਦੇਣੇ ਪੈਣੇ? ਹੇ ਬਾਬਾ ਉੱਤਮ ਅਧਿਕਾਰੀ ਕਰਕੇ ਗੋਪਾਲ ਪਾਂਧੇ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਨੇ, ਸਭ ਤੋਂ ਪਹਿਲਾਂ ਇਹ ਸ਼ਬਦ ਉਚਾਰਨ ਕੀਤਾ ਰਸਨਾ ਤੋਂ। ਨਾਲੇ ਸਤਸੰਗ ਜੀ ਹਲੇ ਅਵਸਥਾ ਨਹੀਂ ਸਰੀਰ ਕਰਕੇ ਉਪਦੇਸ਼ ਦੇਣ ਦੀ, ਪਰ ਪਤਾ ਹੈ ਕਿ ਕਲਯੁਗ ਨੀ ਇਹ ਸਮੇਂ ਚ ਨੇੜੇ ਆਉਣ ਦੇਣਾ ਅਸੀਂ। ਜੇ ਕਲਯੁਗ ਨੇੜੇ ਆ ਗਿਆ ਫਿਰ ਸਤਯੁਗ ਕਾਹਦਾ ਹੋਇਆ? ਆਪਨੇ ਸਤਸੰਗ ਜੀ ਬਾਬਾ ਉੱਤਮ ਅਧਿਕਾਰੀ ਮੰਨ ਕੇ ਉਸ ਨੂੰ ਉਪਦੇਸ਼ ਦਿੱਤਾ ਪਾਂਧੇ ਨੂੰ। ਪੜ੍ਹਨਾ ਤਾਂ ਕੀ ਸੀ, ਹੱਥ ਜੋੜ ਕੇ ਕਹਿਣਾ ਪਿਆ ਸਤਸੰਗ ਜੀ ਪਾਂਧੇ ਨੂੰ, ਬਾਬਾ ਕਾਲੂ ਜੀ ਪੜ੍ਹਾਉਣ ਲਿਆਏ ਹੋ ਕਿ ਮੈਨੂੰ ਪੜ੍ਹਨ ਵਾਸਤੇ ਇਹਨਾਂ ਨੂੰ ਲਿਆਏ ਹੋ ਮੇਰੇ ਕੋਲ, ਕਿ ਮੈਨੂੰ ਪੜ੍ਹਾਉਣ ਗਏ? ਆਪ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ, ਇਸ ਪੜ੍ਹਨੇ ਕੇ ਪਵੋ ਨਾ ਖਿਆਲਾ, ਇਹ ਕਰਤਾ ਵਿੱਦਿਆ ਕੇ ਜਾਲਾ। ਇਹ ਸਾਰੀ ਵਿੱਦਿਆ ਦੇ ਕਰਤੇ ਹਨ, ਇਹਨਾਂ ਨੂੰ ਕਿੱਥੇ ਪੜ੍ਹਾਉਣੇ? ਫਿਰ ਖੇਡਣਾ ਸ਼ੁਰੂ ਕਰ ਦਿੱਤਾ ਆਪਣੀ ਮੌਜ ਵਿੱਚ, ਬਾਲਕਾਂ ਦੀ ਕਲਿਆਣ ਕਰਨੀ ਸੀ। ਬਾਬਾ ਜੀ ਦੇ ਅੰਦਰ ਫਿਰ ਫੁਰਨਾ ਫੁਰਿਆ ਕਿ ਸੰਸਕ੍ਰਿਤੀ ਪੜ੍ਹਾ ਲਈਏ, ਬੁੱਧੀ ਤਾਂ ਬੜੀ ਤੀਚਨ ਹੈ, ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕੇ ਆਇਆ ਮੇਰਾ ਪੁੱਤਰ। ਸਤਸੰਗਤ ਜੀ ਬਿਰਜ ਲਾਲ ਨਾਮੇ ਪੰਡਿਤ ਸੀ, ਉਸ ਨੂੰ ਉਪਦੇਸ਼ ਦਿੱਤਾ। ਸਪਤ ਸਲੋਕੀ ਗੀਤਾ ਬਾਬਾ ਜੀ ਨੂੰ ਸੁਣਾ ਦਿੱਤੀ ਮੂੰਹ ਜਵਾਨੀ। ਇਸੇ ਤਰ੍ਹਾਂ ਸਤਸੰਗਤ ਜੀ, ਉਦੋਂ ਅਰਬੀ ਫਾਰਸੀ ਦਾ ਜ਼ੋਰ ਸੀ ਆਪਣੇ ਦੇਸ਼ ਵਿੱਚ, ਉਰਦੂ ਅਤੇ ਫਾਰਸੀ ਚੱਲਦੇ ਸੀ। ਬਾਬਾ ਜੀ ਪਟਵਾਰ ਕਰਿਆ ਕਰਦੇ, ਇਹਨਾਂ ਦੇ ਮਨ ਸੀ ਕਿ ਸਾਡਾ ਇੱਕੋ ਇੱਕ ਪੁੱਤਰ ਹੈ। ਹਰ ਇੱਕ ਮਾਂ ਬਾਪ ਦੇ ਮਨ ਸਧਰ ਹੁੰਦੀ ਹੈ ਕਿ ਮੇਰਾ ਬੱਚਾ ਪੜ੍ਹੇ ਅਤੇ ਗਾਹਾਂ ਤਰੱਕੀ ਕਰੇ। ਪਰ ਸਤਸੰਗਤ ਜੀ ਭਾਵੇਂ ਵਾਹਿਗੁਰੂ ਹੈ, ਭਾਵੇਂ ਕੋਈ ਦੇਵਤਾ, ਭਾਵੇਂ ਇੱਧਰ ਜੂਨਾਂ ਵਾਲੇ ਸੰਤ ਭਗਤ ਨੇ, ਸਰੀਰ ਤਾਂ ਪ੍ਰਾਪਤ ਕਰਨਾ ਨਹੀਂ। ਸਰੀਰ ਗ੍ਰਹਿਸਤੀਆਂ ਦੇ ਘਰਾਂ ਤੋਂ ਹੀ ਮਿਲੇਗਾ, ਲੇਕਿਨ ਗ੍ਰਹਿਸਤੀਆਂ ਦੀ ਰੁਚੀ ਭਗਤੀ ਵਿੱਚ ਲਾਉਣ ਵਿੱਚ ਬਹੁਤ ਘੱਟ ਹੁੰਦੀ ਹੈ। ਮਨ ਵਿੱਚ ਰੁਚੀ ਹੈ ਕਿ ਸਾਡੇ ਬੱਚੇ ਲਾਇਕ ਹੋਣ, ਧਰਮੀ ਵੀ ਹੋਣ, ਲੇਕਿਨ ਗ੍ਰਹਿਸਤ ਵਿੱਚ ਜ਼ਰੂਰ ਫਸਣ। ਜੇ ਗ੍ਰਹਿਸਤ ਵਿੱਚ ਜਿਹੜਾ ਫਸਦਾ ਹੈ, ਸਾਰੇ ਹਿਰਦਿਆਂ ਝਾਤੀ ਮਾਰ ਕੇ ਦੇਖੋ, ਆਪਦਾ ਹੀ ਕੰਮ ਕਰੂਗਾ ਕਿ ਲੋਕਾਂ ਦਾ ਕਰੂਗਾ? ਉਹਦਾ ਤਾਂ ਆਪਦਾ ਹੀ ਤਾਣਾ ਨਹੀਂ ਤਾਣ ਹੁੰਦਾ, ਕਿਸੇ ਦਾ ਕੀ ਕਰਨਾ ਖਾਲਸਾ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਮਾਤਾ ਪਿਤਾ ਦੀ ਆਗਿਆ ਮੰਨੀ, ਗ੍ਰਹਿਸਤੀ ਹੋ ਕੇ ਵੀ ਦਿਖਾ ਦਿੱਤਾ, ਲੇਕਿਨ ਨਵਾਂ ਖੰਡਾਂ ਸੱਤਾਂ ਦੀਪਾਂ 'ਚ ਵਿਚਰ ਕੇ 18 ਟਾਪੂਆਂ 'ਚ ਸਾਰੀ ਦੁਨੀਆਂ ਨੂੰ ਨਿਹਾਲ ਕਰ ਦਿੱਤਾ।
ਜੋ ਵੀ ਸਤਸੰਗ ਜੀ ਸਤਿਗੁਰਾਂ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਥੱਲੇ ਆ ਗਿਆ, ਕੌਡੇ ਰਾਕਸ਼ ਵਰਗੇ, ਸੌ ਸੁਹਾਗਣ ਵਰਗੇ ਪਖੰਡੀ, ਕੋੜੀ ਸਤਸੰਗ ਜੀ ਦਪਾਲਪੁਰ ਮਿੰਟ ਗੋਬਰੀ ਦੇ ਇਲਾਕਿਆਂ ਦੇ ਵਿੱਚ ਆਪ ਜੀ ਨੇ ਸਤਸੰਗ ਜੀ ਨਿਹਾਲ ਨਿਹਾਲ ਕਰ ਦਿੱਤੇ। ਇਹ ਹੈ ਗੁਰੂ ਨਾਨਕ ਦੇਵ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ। ਅੱਜ ਕਹਿੰਦਾ ਹਰ ਕੋਈ ਮੈਂ ਵੀ ਗੁਰੂ ਨਾਨਕ ਹਾਂ, ਤੂੰ ਵੀ ਗੁਰੂ ਨਾਨਕ। ਸਾਰੇ ਅਵਤਾਰ ਹੋਏ, ਬੜਾ ਸਮਾਂ ਸਤਸੰਗ ਜੀ ਉਹਨਾਂ ਦੀ ਉਮਰ ਦਾ ਸੀ। ਰਾਮਚੰਦਰ ਨੇ ਸਾਰੀ ਉਮਰ ਆਪਣੇ ਘਰ ਵਾਲੀ ਨੂੰ ਛੁਡਾਈ। ਰਮਾਇਣਾ ਦੁਨੀਆ ਥਾਂ ਥਾਂ ਪੜ੍ਹਦੀ, ਉਹਨਾਂ ਦੇ ਮਹਾਤਮਾ ਦੱਸਦੀ। ਕ੍ਰਿਸ਼ਨ ਨੇ ਆਪਣੇ ਮਾਮੇ ਨੂੰ ਮਾਰ ਕੇ ਨਾਨੇ ਨੂੰ ਰਾਜ ਤੇ ਬਹਾਇਆ। ਪੁਆੜੇ ਪਏ ਰਹੇ ਸਤਸੰਗ ਜੀ, ਗੋਪੀਆਂ ਨੱਚਦੀਆਂ ਰਹੀਆਂ। ਠੀਕ ਹੈ, ਵਾਹਿਗੁਰੂ ਦੇ ਹੁਕਮ ਨਾਲ ਸਤਸੰਗ ਜੀ ਅਵਤਾਰ ਆਏ, ਲੇਕਿਨ ਗੁਰਸਿੱਖੋ, ਸਤਿਗੁਰੂ ਜੀ ਦੀ ਉਮਰ ਕਿੰਨੀ ਛੋਟੀ ਔਰ ਕੰਮ ਕਿੰਨਾ। ਫਿਰ ਭਗਤਾਂ ਦਾ ਤੈਨੂੰ ਧਿਆਨ ਧਾਰਨ ਵਾਸਤੇ ਕੀ ਸੋਹਣਾ ਦਾੜਾ ਵਿਸ਼ੇਸ਼ਤਾ ਆਈ। ਉਹਨਾਂ ਦੇ ਦਾੜਾ ਹੀ ਨਹੀਂ ਆਇਆ, ਖੋਦੇ ਹੀ ਰਹੇ। ਕਦੇ ਰਾਮਚੰਦਰ ਕ੍ਰਿਸ਼ਨ ਦੇ ਦਾੜਾ ਦੇਖਿਆ ਤੁਸੀਂ? ਸ਼ਕਤੀ ਵਿਅਕਤੀ ਪ੍ਰਗਿਆ ਕਰਤੱਵ ਆਯੂ, ਇਹ ਪੰਜਾਂ ਨਿਯਮਾਂ ਕਰਕੇ ਹੀ ਅਵਤਾਰਾਂ ਦਾ ਆਪਸ ਵਿੱਚ ਹੀ ਸਤਸੰਗ ਮੁਕਾਬਲਾ ਮੰਨਿਆ ਜਾਂਦਾ ਹੈ। ਬੁੱਧੀ ਕਿਵੇਂ ਸੀ? ਕ੍ਰਿਸ਼ਨ ਨੇ ਮਾੜੀ ਜੀ ਗੀਤਾ ਵਿਚਾਰੀ ਹੈ, ਰਾਮਚੰਦਰ ਦਾ ਵਿਚਾਰਿਆ ਕੁਛ ਨਹੀਂ। ਬੋਲੇ ਹਾਰ ਜਾਈਏ, ਆ ਅੰਮ੍ਰਿਤਮਈ ਬਾਣੀ ਦਾ ਕੋਈ ਸਿਧਾਂਤ ਸਤਸੰਗ ਜੀ ਖੋਜ ਸਕਦਾ ਹੈ? ਇਹ ਸਤਿਗੁਰੂ ਜੀ ਦੇ ਸਤਸੰਗ ਜੀ ਅੰਤਸ਼ਕਰਨ ਵਿੱਚੋਂ ਨਿਕਲੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇਸੇ ਤਰ੍ਹਾਂ ਸਰੀਰ ਕਰਕੇ ਵੀ ਵਿਸ਼ੇਸ਼ ਆਪ ਜੀ ਦੇ ਕੀ ਸੁੰਦਰ ਸੋਹਣਾ ਦਾੜਾ ਸੀ, ਇਹਨਾਂ ਦੇ ਦਾੜੇ ਨਹੀਂ ਸਨ। ਆਜੂ ਥੋੜ੍ਹੀ ਇਹਨਾਂ ਨਾਲੋਂ ਕਿਤੇ, ਅਤੇ ਕਰਤੱਵ ਸਤਸੰਗ ਜੀ ਖੰਡਾਂ ਬ੍ਰਹਮੰਡਾਂ ਵਿੱਚ ਵਿਚਰ ਕੇ ਸਾਰਿਆਂ ਨੂੰ ਨਿਹਾਲ ਕਰ ਦਿੱਤਾ। ਬੁੱਧੀ ਪਰਖ ਲਓ ਸਤਸੰਗ ਜੀ, ਆ ਅੰਮ੍ਰਿਤਮਈ ਬਾਣੀ ਉਹ ਬੁੱਧੀ ਗੁਰੂ ਨਾਨਕ ਦੇਵ ਜੀ ਦੇ ਵਿੱਚੋਂ ਨਿਕਲੀ ਹੈ। ਐਸੇ ਸਤਿਗੁਰੂ ਜੀ ਸਤਸੰਗ ਜੀ, ਉਸ ਤੋਂ ਬਾਅਦ ਮਲਾਣੇ ਨੂੰ ਯੱਗ ਕਰ ਯੁਗ ਉਸ ਤੋਂ ਪੇਸ਼ ਦੋ ਦਰ ਕੋਨ ਗੋਸ਼ ਕੋਨ ਕਰਤਾਰ, ਇਸ ਸ਼ਬਦ ਦੁਆਰਾ ਉਪਦੇਸ਼ ਦਿੰਦੇ ਪਏ। ਉਹਨੇ ਵੀ ਸਤਸੰਗ ਜੀ ਮੱਥਾ ਟੇਕਿਆ, ਨਿਹਾਲ ਹੋਇਆ। ਉਸ ਤੋਂ ਉਪਰੰਤ ਬਾਬਾ ਜੀ ਨੇ ਸੋਚਿਆ ਕਿ ਪੁੱਤਰ ਤਾਂ ਪੜ੍ਹਦਾ ਨਹੀਂ, ਨਾ ਪੜ੍ਹਾਉਣ ਵਾਲੇ ਪੜ੍ਹਾਉਂਦੇ ਨੇ, ਚੱਲ ਪੁੱਤਰ ਤੂੰ ਮੱਝੀਆਂ ਹੀ ਰੱਖ ਲੈ। ਉਦੋਂ ਸਤਸੰਗ ਜੀ ਖੇਤ ਖੁੱਲ੍ਹੇ ਪਏ ਹੁੰਦੇ, ਖੇਤੀਆਂ ਚਰਾ ਦੇਣੀਆਂ, ਖੇਤੀਆਂ ਦੁਬਾਰਾ ਹਰੀਆਂ ਕਰ ਦੇਣੀਆਂ, ਸੱਪਾਂ ਨੇ ਸ਼ੇਸ਼ ਨਾਗ ਨੇ ਪਤਾਲ 'ਚੋਂ ਆ ਕੇ ਛਾਵਾਂ ਕਰਨੀਆਂ। ਇਹ ਸਤਸੰਗ ਜੀ ਕੌਣ ਭੁੱਲਿਆ ਇਹਨਾਂ ਅਸਚਰਜ ਕੌਤਕਾਂ ਨੂੰ? ਜੇ ਐਸੇ ਪ੍ਰਸੰਗ ਆਪਾਂ ਸੰਗਤ ਵਿੱਚ ਨਹੀਂ ਸੁਣਾਵਾਂਗੇ, ਆ ਜਿੰਨੀ ਨਵੀਂ ਪਨੀਰੀ ਆਪਣੇ ਬੱਚਿਆਂ ਦੀ, ਉਹਨਾਂ ਦੇ ਮਨ ਵਿੱਚ ਕਿਵੇਂ ਸਤਸੰਗ ਜੀ ਚਾਅ ਪੈਦਾ ਹੋਵੇਗਾ? ਇਹ ਸਾਖੀਆਂ ਵੀ ਸੁਣਾਉਣੀਆਂ, ਪੁਨਾ ਪੁਨਾ ਸੰਗਤ ਵਿੱਚ ਸੁਣਾਉਣੀਆਂ। ਬਾਲਕ ਨਿੱਤ ਨਵੇਂ ਜਨਮ ਲੈਂਦੇ, ਨਿੱਤ ਨਵੇਂ ਸੰਗਤ 'ਚ ਆਉਣਾ ਸ਼ੁਰੂ ਹੁੰਦੇ, ਉਹਨਾਂ ਦੇ ਦਿਨਾਂ 'ਤੇ ਪ੍ਰਭਾਵ ਪਵੇ ਕਿ ਇਹ ਜਿਹੜੀ ਸਿੱਖੀ ਆ ਸਾਡੇ ਉੱਤਮ ਭਾਗ ਨੇ, ਅਸੀਂ ਗੁਰੂ ਨਾਨਕ ਦੇਵ ਦੇ ਸਿੱਖਾਂ ਦੇ ਘਰਾਂ 'ਚ ਜਨਮ ਧਾਰਿਆ ਹੈ, ਉਹਨਾਂ ਨੂੰ ਮਹਿਸੂਸ ਹੋਵੇ। ਉਸ ਤੋਂ ਉਪਰੰਤ ਸਤਸੰਗਤ ਜੀ ਸੱਚਾ ਸੌਦਾ ਕਰਨਾ, ਸਾਧੂਆਂ ਨੇ ਸਤਸੰਗਤ ਜੀ ਭਾਈ ਬਾਲੇ ਨੂੰ ਕਹਿੰਦੇ, ਬਾਲੇ ਪਿਤਾ ਨੇ ਕਿਹਾ ਕਿ ਸੌਦਾ ਕਰਿਆ ਵਣਜ, ਏਦੂ ਵੱਡਾ ਹੋਰ ਵਣਜ ਕੀ ਹੋਊਗਾ, ਸਾਧੂ ਭੁੱਖੇ ਬੈਠੇ ਨੇ। ਉਹਨਾਂ ਦੀ ਸਤਸੰਗ ਜੀ ਭੁੱਖ ਮੇਟਣੀ, ਗੁਰੂ ਨਾਨਕ ਦੇਵ ਜੀ ਬਿਨਾਂ ਕੌਣ ਉਹ ਸਾਧੂਆਂ ਦੀ ਭੁੱਖ ਮੇਟੇ? ਉਹ 20 ਰੁਪਈਆਂ ਦੀ ਬਰਕਤ ਖਾਲਸਾ ਜੀ ਅੱਜ ਚੱਲ ਰਹੀ ਆ, ਲਹਿਥੋਂ ਤੋਂ ਲੰਗਰ ਐਵੇਂ ਨਹੀਂ ਚੱਲਦੇ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਹੈ। ਉਸ ਤੋਂ ਉਪਰੰਤ ਵਾਪਸ ਮੁੜੇ, ਚਪੇੜਾਂ ਖਾ ਲਈਆਂ ਬਾਬਾ ਕਾਲੂ ਜੀ ਤੋਂ, ਪਰ ਪਰਉਪਕਾਰ ਤੋਂ ਪਿੱਛੇ ਤਾਂ ਨਹੀਂ ਹਟੇ ਹਨ, ਆਪਣੀ ਮੌਜ ਵਿੱਚ ਰਹਿੰਦੇ। ਉਸ ਤੋਂ ਉਪਰੰਤ ਸਤਸੰਗ ਜੀ ਬੀਬੀ ਦੀ ਸ਼ਾਦੀ ਹੋਈ ਸੁਲਤਾਨਪੁਰ, ਜੈ ਰਾਮ ਜੀ ਪਤੀ ਸਨ ਬੀਬੀ ਨਾਨਕੀ ਜੀ ਦੇ। ਇੱਧਰ ਜਦੋਂ ਸੱਪ ਦੀ ਛਾਂ ਕੀਤੀ ਹੋਈ ਰਾਏ ਬੁਲਾਰ ਨੇ ਦੇਖੀ, ਉਧਰ ਤੋਂ ਸ਼ਰਧਾ ਭਾਵਨਾ ਧਾਰੀ, ਖੇਤੀ ਜੱਟ ਦੀ ਉੱਜੜ ਗਈ ਸੀ, ਪਸ਼ੂਆਂ ਨੇ ਉਜਾੜਤੀ, ਦੁਬਾਰਾ ਹਰੀ ਭਰੀ ਦੇਖੀ। ਰਾਏ ਬੁਲਾਰ ਨੂੰ ਨੇਚਾ ਹੋਇਆ ਕਿ ਖੁਦਾ ਉਤਰਿਆ ਹੈ ਮੇਰੇ ਸ਼ਹਿਰ ਦੇ ਅੰਦਰ। ਬਾਬੇ ਕਾਲੂ ਨੂੰ ਬੁਲਾ ਕੇ ਕਹਿ ਦਿੱਤਾ, ਤੇਰਾ ਨਾਨਕ ਹੋਵੇਗਾ, ਮੇਰਾ ਤਾਂ ਖੁਦਾ ਹੈ, ਜੋ ਤੈਨੂੰ ਨੁਕਸਾਨ ਕਰਦੇ ਘਰ ਦਿਸਣ ਉਹ ਮੇਰੇ ਖਜ਼ਾਨੇ 'ਚੋਂ ਲਈ, ਪਰ ਇਹਨਾਂ ਨੂੰ ਕੁਛ ਨਾ ਕਹੀ। ਜੇ ਇਹ ਇੱਥੇ ਦੁਖੀ ਹੋਣ ਤਾਂ ਪਹਿਲਾ ਪਾਪ ਮੈਨੂੰ ਲੱਗੇਗਾ, ਮੈਂ ਰਾਜਾ ਹਾਂ ਰਜਵਾੜਾ। ਜੈ ਰਾਮ ਜੀ ਬੜੇ ਨੇਕ ਸਨ, ਸੁਲਤਾਨਪੁਰ ਦੇ ਵਾਸੀ, ਸਹੁਰੇ ਘਰ ਨਨਕਾਣੇ ਸਾਹਿਬ ਗਏ। ਅੱਗੇ ਸਤਸੰਗ ਜੀ ਜੇ ਕਿ ਇੱਕ ਦਾ ਜਮਾਈ ਹੁੰਦਾ, ਸਾਰੇ ਹੀ ਉਸ ਨੂੰ ਜਮਾਈ ਸਮਝਦੇ ਸੀ।
राय बुलार ने बुलाए, सत्कार दिता, कहन लगे पुत्र तेरा जा सौरा कालू है, एदी गुरु नानक देव जी ना पिता पुत्र दा झगड़ा रहिंदा जे तू कोले लै जमे उत्थे। सत करके मन्या बीबी नानकी दी जिथे ब्याही सुल्तानपुर सत्संग जी सतगुरु जी नूं इत्थे भेजिया। 1500 सत्संग जी 40 विच आए, 41 विच, 42 विच आप जी ने मोदी खाना सत्संग जी लै लिया। दौलत खां सी जिहड़ा उहदी फौज नूं रस्त जाया करदी, नाले आप जी ने सत्संग जी 13-13 कह के बड़ा भारी दान दिता। मरदाने दी लड़की दी शादी, महाराज ने कहा सी मरदानिया बेदी कुल दा मरासी है, होर थां जाके मंगी ना, इत्थे आ जा। सारियां वस्तुआं पूरियां कीतियां, मनसुख शाहूकार सत्संग जी जी दे घरों चूड़ा लिआंदा लाहौर तों, वह सिख बनिया, महाराज जी ने उहदे जहाज बन्ने लाए। मरदाने नूं सत्संग जी रबाब लैण भेजिया, फरिंदा रबाबी तों रबाब लिया के कीर्तन दीआं धुनियां आरंभ करवाईआं। इत्थे ही शादी होई, श्री चंद का लक्ष्मी चंद का जन्म होना सतसंग जी बटाले जिथे महाराज आनंद कार्ज होए, अज तक कंध साहब गुरद्वारा साहब है। मूल चंद ने चंदो राणी महाराज की सस सी, बड़िया सतसंगी फिके बचन बोले कि तू ब्याह क्यों करवाना सी, जे साध बनना सी मड़िया च जाके बैठना, लोगों ने कहना भूत आ गया इन्हों च, भूत क्ढन आले ने जाके नासा नू मिर्चा का धूं देना, उन्हां प्रति भी महाराज ने उपदेश देने। खालसा जी जिस वेले सुल्तानपुर दीआं मसाण भूमिका च गए, जिथे जिथे चरण रखदे, जिथे जिथे कि सत्कार होया सी, देव लोक नू चले गए खालसा जी और रूहां जिन्हां दीआं चिखा दे उत्ते चरण पाए आप जी ने। यह प्रताप गुरु नानक देव जी का खालसा जी जिन्हां दा आपां अज पुरब मना रहे। उस तो उपरंत 10 साल मोदी खाना करके सोचिया भी इस रोड तो ठीक नहीं, रोज इशनान करन जांदे बेई नदी ते, वरण देवते द्वारा सचखंडो स्नेहे आ गए, कौन भुलिया होया कि बेरसा महाराज चुंबी मार के सचखंड पहुंचे। पहुंच के सचखंड की शब्द उचारिया, सो दर तेरा केहा, सो करके हा जित वै सर संभाले, सोदरा विच फर्क है, रह रहा साड़ा सोदर उचारण कीता सचखंड। प्रतख वाहिगुरु के सामने खड़ के उस वेले वाहिगुरु वालों आवाज आई, तुसी गुर परमेश्वर हो, मैं कला परमेश्वर ही हूं, तुसी मात लोक में उतरे हो, गुर परमेश्वर सदा रहे हो, मोदी खरन खाने खरन तो नहीं गए उत्थे, आ सृष्टि का भला करो। उस वेले हथ जोड़िया, हे परमेश्वर मात लोक की मर्यादा जिन्ना चिर आप नगुरा दूजे नू की गुरु वाला बनाऊगा। उस वेले खालसा जी गुरु धारिया अकाल पुरख अंतर जामी नू, ऐस धर्म दे विच अपने च किसे पक्षों भी कोई सत्संग दी न्यूनता ही नहीं है। जे कोई कहे गुरु अंगद देव जी तो गुरु नानक देव जी उन्हां दे गुरु सी, गुरु अंगद देव जी दे गुरु नानक देव जी दे गुरु कौन से। आप जी ने सत्संग सचखंड जाके वाहिगुरु नू गुरु धारिया, अपरंपर पार ब्रह्म परमेश्वर नानक गुर मिलिया सोई जियो, गुरबाणी की गवाही। दसवें पातशाह तो खालसे ने पूछया सी, महाराज जी दस गुरु नानक देव जी का गुरु कौन सी, आप ओही स्वरूप हो सानू दसो। महाराज कहते जे वेद कते बिना भेद लिखियो, सोई गुरु गुर मोहे बतायो। हे खालसा जी असी भी गुरु तेग बहादुर पिता जी तो पूछया सी, जे वेद कते बिना भेद लिखियो, ना इति कारण ना इति कारजा, वेदा चौहान ने चौहान किताबां ने जिस वाहिगुरु का भेत नहीं ना जाणिया, सोई गुरु गुरमोहे बताए, ओ गुरु गुरु नानक देव जी दे सानू गुरु तेग बहादुर जी ने बताया दसिया। जाके गुरु धारना, महामंत्र नानक कथे हर के गुण गाई, उथों गुरप्रसाद तक महामंत्र लेके आए। गुरप्रसाद तक नानक नाम नहीं है विच, मूल मंत्र वाहिगुरु है, संत घाट से प्रगट होना, इधर जय राम ने घबरा जाना, मोदी खाने जिंदे लग जाने, सीन मोहरा हो जानिया, दंग रह जाना सतसंग जी, सारे ने कहना घाटा पवेगा, दान करता सी कई गिर पहला भी हिसाब किया वाधा निकलिया, नवाजा पढ़ के दिखा दतिया सतसंग जी इन्हों,
ਕਿ ਤੁਹਾਡੇ ਮਨ ਨਹੀਂ ਟਿਕਾਣੇ, ਤੁਹਾਡੀਆਂ ਰਿਵਾਜ਼ਾਂ ਕਿਸ ਲੇਖੇ ਲੱਗਣਗੀਆਂ ਦੌਲਤ ਕਾਨੂੰਨ ਵਾਲੇ ਕਾਜ਼ੀ ਨੂੰ। ਇਹੋ ਜਿਹੇ ਕੌਤਕ ਵਰਤਾਏ ਭਗੀਰਥ ਵਰਗੇ ਜਿਹੜੇ ਦੇਵੀ ਅਤੇ ਮਲਸੀਹਾਂ ਦੇ ਦੇਵੀ ਦੇ ਉਪਾਸ਼ਕ ਸੀ, ਉਹਨਾਂ ਨੂੰ ਦੇਵੀ ਨੇ ਧਾਹਾਂ ਮਾਰ ਕੇ ਕਿਹਾ ਮੇਰੇ ਕੀ ਚਰਨੀ ਲੱਗਦਾ ਰੋਜ਼ ਤੜਕੇ ਆ ਕੇ, ਜੇ ਤੂੰ ਕਲਿਆਣ ਚਾਹੁੰਦਾ ਸਤਾਰਪੁਰ ਬੈਠੇ ਬੈਠੇ ਨੇ ਨੇੜੇ ਹੀ। ਭਗੀਰਥ ਨੇ ਆ ਕੇ ਸਤਿ ਸ੍ਰੀ ਮਹਾਰਾਜ ਦੇ ਚਰਨਾਂ ਸਾਰੀ ਜ਼ਿੰਦਗੀ ਬਤੀਤ ਕਰਨੀ। ਉਸ ਤੋਂ ਉਪਰੰਤ ਸਤ ਸੰਗਤ ਜੀ ਆਪ ਜੀ ਨੇ ਬੋਧੀਖਾਨਾ ਤਿਆਗ ਕੇ ਆਉਂਦਿਆਂ ਹੀ ਸੰਤ ਘਾਟ 'ਤੇ ਸਤ ਸ੍ਰੀ ਦੇਗ ਮੰਗਵਾਉਣੀ। ਸਭ ਤੋਂ ਪਹਿਲਾਂ ਸੰਤ ਘਾਟ ਜਿੱਥੇ ਸਥਾਨ ਸਤ ਸੰਗਤ ਜੀ ਸੁਲਤਾਨਪੁਰ ਹੈ, ਸੰਗਤਾਂ ਇਕੱਠੀਆਂ ਹੋਣ 'ਤੇ ਬੀਬੀ ਨੂੰ ਸੁਨੇਹਾ ਭੇਜ ਕੇ ਕੜਾਹ ਬਾਸ਼ ਪ੍ਰਸ਼ਾਦ ਮੰਗਾ ਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਇਹ ਸੱਚਖੰਡ ਨੂੰ ਲੈ ਕੇ ਆਇਆ। ਇੰਨਾ ਆਦਿ ਸੱਚ ਯੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਮਹਾਰਾਜ ਦੀ ਕਥਨੀ ਹੈ। ਇਹ ਮੂਲ ਮੰਤਰ ਉਹ ਮਹਾਂਮੰਤਰ ਹੈ। ਇਹ ਮੂਲ ਮੰਤਰ ਇਕੱਠਾ ਸਾਰਾ ਮੇਲ ਕੇ ਸਤਸੰਗ ਜੀ ਵਾਹਿਗੁਰੂ ਗੁਰਮੰਤਰ ਦੇ ਨਾਲ ਸੰਗਤਾਂ ਨੂੰ ਸਤਸੰਗ ਜੀ ਵਰਤਾਉਣਾ ਸ਼ੁਰੂ ਕਰ ਦਿੱਤਾ। ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਦੱਸ ਬਈ ਹੁਣ ਕਿੱਧਰ ਨੂੰ ਚੱਲੀਏ, ਕਹਿੰਦਾ ਮਾਰਾ ਪਿੱਛਾ ਮੇਰਾ ਅੱਗਾ ਤੁਹਾਡਾ ਤੁਹਾਡੀ ਖੁਸ਼ੀ ਹੈ। ਭਾਈ ਬਾਲਾ ਜੀ ਵੀ ਸਤਸੰਗ ਜੀ ਕਹਿੰਦਾ ਮਹਾਰਾਜ ਮੋਦੀਖਾਨਾ ਛੱਡ ਦਿੱਤਾ ਮੈਂ ਵੀ ਜਾਵਾਂ ਆਪਣੇ ਘਰ ਨੂੰ। ਕਹਿੰਦੇ ਮਰਦਾ ਭਾਈ ਬਾਲੇ ਅਸੀਂ ਜਾਣ ਨੂੰ ਤਿਆਰ ਹਾਂ, ਘਰ ਸਾਡਾ ਵੀ ਮਾਂ ਬਾਪ ਇਕੱਲੇ ਹੀ ਨੇ, ਮੇਰਾ ਸਾਡਾ ਕਿਹੜਾ ਕੋਈ ਭਰਾ ਹੈ। ਜਿਸ ਮਾਂ ਬਾਪ ਦੇ ਹੋਰ ਕੋਈ ਬੱਚਾ ਨਾ ਹੋਵੇ, ਜਿਸ ਬੱਚੇ ਦੇ ਸਤਸੰਗ ਜੀ ਮਗਰ ਮਾਂ ਬਾਪ ਹੀ ਇਕੱਲੇ ਰਹਿ ਜਾਣ, ਉਹਨਾਂ ਦਾ ਵਿਛੋੜਾ ਤੁਸੀਂ ਗ੍ਰਸਤੀ ਤੱਕ ਲਓ, ਸਤਸੰਗ ਜੀ ਕੀ ਕਿੰਨਾ ਦੁੱਖ ਰੂਪ ਹੋਵੇਗਾ। ਆਹ ਸਾਨੂੰ ਗਰੀਬਾਂ ਨੂੰ ਤਾਰਨ ਵਾਸਤੇ ਸੱਚੇ ਪਾਤਸ਼ਾਹ ਵਿਚਰਦੇ ਰਹੇ, ਆਪਦੇ ਮਾਂ ਬਾਪ ਨੂੰ ਕੌਣ ਪਿੱਠ ਦਿੰਦਾ ਜਿਹਨੇ ਜਨਮ ਦਿੱਤਾ ਹੋਵੇ। ਮਾਤਾ ਤ੍ਰਿਪਤਾ ਨੂੰ ਵਿਛੋੜਾ ਹੀ ਪਿਆ ਰਿਹਾ, ਅਖੀਰ 'ਤੇ ਜਾ ਕੇ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ। ਜਾਂਦੇ ਕਦੇ ਨਹੀਂ ਆਪਣੀ ਮਰਜ਼ੀ ਨਾਲ ਹੀ ਵਿਚਰਦੇ, ਅੱਜ ਬੱਚੇ ਦਾ ਪਤਾ ਹੀ ਨਾ ਹੋਵੇ ਕਿੱਥੇ ਤੁਰਿਆ ਫਿਰਦਾ, ਮਾਂ ਬਾਪ ਤੜਫ ਜਾਂਦੇ ਨੇ। ਸਤਿਗੁਰੂ ਜੀ ਨੇ ਕੋਈ ਚਿੱਠੀਆਂ ਪਾਈਆਂ ਵੀ ਅੱਜ ਅਸੀਂ ਫਲਾਣੇ ਤੋਂ ਵਿਚਰਦੇ ਫਿਰਦੇ ਹਾਂ, ਚਿੰਤਾ ਨਾ ਕਰੀ ਬਾਬਾ ਕਰ ਲੂ। ਬੇਪਰਵਾਹ ਹੋ ਕੇ ਸਤ ਸੰਗਤ ਜੀ ਬਾਲਕ ਜਿਹੜੇ ਬੱਚੇ ਸੀ ਉਹ ਨਾਨਕੀ ਪੜ੍ਹੇ, ਕਿਸੇ ਦੇ ਬੱਚੇ ਨਾਨਕੀ ਪੜ੍ਹਦੇ ਹੁਣ ਸਤਸੰਗ ਜੀ ਸਮਾਜ ਵਿੱਚ ਦੇਖੋ ਕੀ ਬਣਦੀ ਹੈ। ਆਪਨੇ ਸਤਸੰਗ ਜੀ ਗ੍ਰਸਤ ਵਿੱਚ ਬਾਲਕਾਂ ਦੀ ਪਰਵਾਹ ਨਹੀਂ ਕੀਤੀ ਜਿਹੜੀ ਕਰਨੀ ਚਾਹੀਦੀ ਸੀ, ਮਾਂ ਬਾਪ ਦੀ ਜਿਨ੍ਹਾਂ ਨੇ ਸਰੀਰ ਦਿੱਤਾ ਸੀ ਉਹਨਾਂ ਦੀ ਪਰਵਾਹ ਨਹੀਂ ਕੀਤੀ, ਲੇਕਿਨ ਕਿਹਦੇ ਵੱਲ ਤੱਕਿਆ ਜਿਹੜੇ ਅੱਜ ਆਪਾਂ ਥਾਂ ਥਾਂ ਗੁਰਸਿੱਖੋ ਆ ਗੁਰਪੁਰਬ ਮਨਾ ਰਹੇ ਹਾਂ। ਇਹ ਪਰਉਪਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੈ। ਉਸ ਤੋਂ ਉਪਰੰਤ ਸਤਸੰਗਤ ਜੀ ਲਾਲੋ ਨੂੰ ਜਾ ਕੇ ਪਹਿਲਾਂ ਦਰਸ਼ਨ ਦੇਣੇ, ਫਿਰ ਸਤਸੰਗ ਜੀ ਨਨਕਾਣੇ ਸਾਹਿਬ ਆਉਣਾ, ਮਾਤਾ ਨੂੰ ਲੱਗਣਾ ਪਤਾ ਕਿ ਮਰਦਾਨਾ ਘਰ ਮਿਲਣ ਆਇਆ, ਮੇਰਾ ਪੁੱਤਰ ਵੀ ਆਇਆ ਹੋਊਗਾ। ਡੱਠੇ ਗਏ ਤੇਜ ਭਾਨ ਭਾਈ ਬਾਲੇ ਦਾ ਪਿਤਾ ਸੀ, ਉਹਦੇ ਖੂਹ 'ਤੇ ਸਤਿਗੁਰੂ ਜੀ ਭਗਵੇਂ ਵਸਤਰ ਪਾਈ ਬੈਠੇ ਹੈ। ਇੱਕੋ ਹੀ ਬੱਚਾ ਹੋਵੇ ਸਾਧ ਬਣ ਕੇ ਪਿੰਡ ਆ ਵੜੇ, ਪਿੰਡ ਘਰ ਜਾਵੇ ਨਾ, ਮਾਂ ਬਾਪ ਨੂੰ ਪੁੱਛੋ ਕੀ ਹਾਲਤ ਹੋਵੇਗੀ। ਬਾਬਾ ਜੀ ਘੋੜੀ ਲੈ ਕੇ ਗਏ, ਬਸਤਰ ਲੈ ਕੇ ਗਏ, ਆ ਬਸਤਰ ਲਾ ਦੇ ਆਹ ਪਹਿਨ ਲੈ। ਮਹਾਰਾਜ ਜੀ ਨੇ ਸਤਸੰਗਤ ਜੀ ਪਹਿਨਣਾ ਰੱਖ ਪੱਤ ਪਰਮੇਸ਼ਰ ਫਿਰ ਨਾਂਗੇ ਨਹੀਂ ਥੀਵਣਾ, ਇਸ ਸਿਧਾਂਤ ਦਾ ਸਤਸੰਗ ਜੀ ਸ਼ਬਦ ਉਚਾਰਨ ਕੀਤਾ। ਆਪ ਬਾਰੇ ਬਾਰੀ ਸਤਸੰਗ ਜੀ ਫਿਰ ਚਲੇ ਗਏ। ਭਾਵੇਂ ਅੱਜ ਕੱਲ੍ਹ ਦੇ ਵਿਦਵਾਨਾਂ ਨੇ ਉਦਾਸੀਆਂ ਵੰਡ ਦਿੱਤੀਆਂ, ਪਰ ਗੁਰੂ ਸਾਹਿਬ ਦੀ ਜਿਹੜੀ ਯਾਤਰਾ ਨਾ ਇਹ ਵੰਡਣ ਵਿੱਚ ਨਹੀਂ ਹੈ। ਆਪਣੀ ਮੌਜ ਸੀ, ਪੂਰਬ ਦੇ ਵਿੱਚ ਵਿਚਰਦੇ ਸੀ ਮਰਦਾਨਾ, ਕਹਿੰਦਾ ਮਹਾਰਾਜ ਐਡੀ ਐਡੀ ਦੂਰ ਲਈ ਫਿਰਦੇ ਹੋ, ਸਮੁੰਦਰ ਟਪਾ ਦਿੱਤੇ, ਮੈਂ ਮੱਕੇ ਦੀ ਜਾਰਤ ਕਰਨਾ ਚਾਹੁੰਦਾ, ਕਿੱਡੀ ਕੁ ਦੂਰ ਹੈ। ਮਹਾਰਾਜ ਕਹਿੰਦੇ ਕਿੱਥੇ ਪੱਛਮ ਕਿੱਥੇ ਉੱਤਰ ਪੂਰਬ, ਕਹਿੰਦੇ ਮਹਾਰਾਜ ਤੁਹਾਨੂੰ ਕੀ ਔਖਾ, ਕਹਿੰਦੇ ਮੀਚ ਅੱਖਾਂ ਅੱਖਾਂ ਮੀਚੀਆਂ ਨੇ ਤੇ ਸਤਸੰਗ ਸੱਖਰ ਭੱਖਰ ਰੋੜੀ ਆ ਗਏ ਇੱਕਦਮ, ਕੀ ਅਸੀਂ ਵੰਡਾਂਗੇ ਮਹਾਰਾਜ ਜੀ ਨੇ ਉਦਾਸੀਆਂ ਨੂੰ ਸੱਚੇ ਪਾਤਸ਼ਾਹ ਦੀਆਂ ਨੂੰ। ਇਸ ਕਰਕੇ ਖਾਲਸਾ ਜੀ ਆਪ ਮੌਜ ਦੇ ਮਾਲਕ ਸੀ, ਕੁੱਤਿਆਂ ਤੋਂ ਚਰਚਾ ਕਰਾ ਦੇਣੀ ਪੰਡਿਤਾਂ ਨੂੰ, ਸਤਸੰਗਤ ਜੀ ਦੱਸ ਦੇਣਾ ਕਿ ਆਹ ਕੁੱਤੇ ਵੀ ਤੁਹਾਡੇ ਨਾਲ ਚੰਗੇ ਨੇ ਜੇ ਤੁਹਾਡੇ ਅੰਦਰ ਹਉਮੈ ਹੈ, ਕਾਂਸੀ 'ਚ ਜਾ ਕੇ ਕੁੱਤਿਆਂ ਦੀ ਕਲਿਆਣਾ ਕਰਨੀ ਆ। ਉਸ ਤੋਂ ਉਪਰੰਤ ਸਤਸੰਗਤ ਜੀ ਪਾਣੀ ਭਰਾ ਕਰਕੇ ਕਰਤਾਰਪੁਰ ਵੱਲ ਨੂੰ ਹਰਿਦੁਆਰ ਦੇ ਪਾਂਡਿਆਂ ਨੂੰ ਸਮੱਤ ਦੇ ਦੇਣੀ,
आरती पढ़ के गगन में थाल सत्संगी उड़ीसा दे पंडितां नूं सिख्या दे देनी समुद्र दे किनारे जाके कलरकियां बनजारियां चुंगे मुश्क मगेन अमलां बाजो नानका क्यों कर कंत मलेन बंगाल दे इलाके जाके सत्संगी अस्तरियां टूने टामन आलियां नूं गुरमत सिधांत सिखा देना। दखण दे विच सतसंगत जी जिहड़ा रौण दी चिखा दे बैठा ही रहिंदा हर वेले हनुमान के दुबारा नोट खड़े किते है जिस वेले चिरंजीवी है यह सतगुरु नानक देव जी ने की कौतक बरताया भाई बाले नूं उसे वेले लक्ष्मण दा रूप बना दिता आप रामचंद्र रूप बन गए देहां पलटा दित्तियां सीता बना दिता मरदाना उस वेले सतसंग जी हनुमान चरनी पै गया। दखण दे इलाके सतसंग जी थां थां ते विचरे उस तो उपरंत पछम दे इलाके सतसंग जी बगदाद दे जिहड़े पीर सी जिन्हां ने सतसंग जी पत्थर मारने शुरू किते लख पताल आकाश नहीं होया करदे झूठ बोलदा कोई सत पताल आकाश ने उहनां नूं दस दित्ता आ जिहड़े जकारे जा पंज पंज दस दस छड्दे हन यही जकारा मारा ने सतसंग जी सत श्री अकाल गुरबर अकाल महिमा अपार ऐसे जकारे छड़े जेड़े पत्थर मारन आउंदे सी महा जड़ हो गई खड़े ही रह गए। दस्तगीर बगदाद का सतसंग जी नठ के चरनी पिया कहिंदा जी बख्श लो तुसी कौन हो कहिंदे तू तैनू की प्रतीत हुंदे हां कहिंदा जी ये कुफर क्यों बोलदे हो कहिंदे कुफर नहीं ਕੜਾਹ ਪ੍ਰਸ਼ਾਦ ਦੇ ਨਾਲ ਕਹਿੰਦਾ ਬਾਜ ਥੱਕ ਗਿਆ ਜੀ ਲੈ ਚੱਲੋ ਮੱਕਾ ਫੇਰ ਦੇਣਾ ਮਸੀਤਾਂ ਨੇ ਸਤਸੰਗ ਜੀ ਦੌੜ ਪੈਣਾ ਕਾਬਲ ਦੀਆਂ ਨੇ ਭਾਈ ਗੁਰਦਾਸ ਦੇ ਸਤਸੰਗ ਜੀ ਬਾਣੀ ਦੀ ਗਵਾਹੀ ਹੈ ਇਹਦੇ ਕੋਈ ਸ਼ੰਕਾ ਨਹੀਂ ਜਿਹੜਾ ਗੁਰਬਾਣੀ ਭਾਈ ਗੁਰਦਾਸ ਦੀ ਬਾਣੀ ਨੂੰ ਗਲਤ ਸਮਝਦਾ ਉਹ ਫਿਰ ਉਹਦਾ ਬਾਤ ਹੀ ਕੁਝ ਨਹੀਂ ਹੈ। ਇਸੇ ਤਰ੍ਹਾਂ ਗੁਰਸਿੱਖੋ ਨੌਵਾਂ ਖੰਡਾਂ ਦੇ ਅੰਦਰ ਸੱਤਾਂ ਦੀਪਾਂ ਚ ਆਪ ਨੇ ਵਿਚਰ ਕੇ ਸਤਸੰਗ ਜੀ ਬੜਾ ਭਾਰੀ ਪਰਉਪਕਾਰ ਕੀਤਾ ਹੋਰ ਅਵਤਾਰ ਹੋਏ ਉਹਨਾਂ ਨੇ ਆਪਣੀ ਉਸੇ ਤਰ੍ਹਾਂ ਜੋਤ ਦੂਸਰੇ ਥਾਂ ਨਹੀਂ ਰੱਖ ਸਕੇ ਜੇ ਕ੍ਰਿਸ਼ਨ ਹੋਇਆ ਤਾਂ ਕ੍ਰਿਸ਼ਨ ਹੀ ਹੋਇਆ ਦੂਜਾ ਕ੍ਰਿਸ਼ਨ ਨਾ ਤੁਸੀਂ ਉਦੋਂ ਬਾਅਦ ਦੇਖ ਲਿਆ ਗੋਪੀਆਂ ਸਤਸੰਗ ਜੀ ਕਟਾਰੀਆਂ ਮਾਰ ਮਾਰ ਮਰ ਗਈਆਂ ਉਹਦੇ ਵਰਗੇ ਬਰਾਕ ਦੇ ਨਾਲ ਸਰੀਰ ਛੱਡ ਗਏ ਇੱਥੇ ਸਤਸੰਗ ਜੀ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ ਜੋਤ ਉਹੀ ਗੁਰੂ ਨਾਨਕ ਦੇਵ ਜੀ ਵਾਲੀ ਜੁਗਤੀ ਉਹੀ ਭਾਉ ਭਗਤੀ ਦਾ ਉਪਦੇਸ਼ ਦੇਣ ਵਾਲੀ ਗੁਰੂ ਅੰਗਦ ਰੂਪ ਧਾਰਿਆ ਗੁਰੂ ਨਾਨਕ ਅੰਗਦ ਕਰਮਾਨਾ ਦਸਵੇਂ ਪਾਤਸ਼ਾਹ ਨੇ ਫਰਮਾਇਆ ਅੰਗਦ ਅਮਰਦਾਸ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਾ ਪਾਇਓ ਇਹ ਭੇਤ ਨੂੰ ਕਿਹਨੇ ਪਾਇਆ ਸਾਧੂ ਮਹਾਤਮਾ ਨੇ ਧਾਰਮਿਕ ਦਾਇਰੇ ਦੇ ਲੋਕਾਂ ਨੇ ਇਹ ਭੇਤ ਨੂੰ ਜਾਣਿਆ ਮੂਰਖਾਂ ਨੇ ਭਿੰਨ ਭਿੰਨ ਸਭ ਨੂੰ ਕਰ ਜਾਣਾ ਸਾਰਿਆਂ ਨੇ ਵੱਖਰਾ ਵੱਖਰਾ ਸਮਝਿਆ ਗੁਰੂ ਨਾਨਕ ਦੇਵ ਜੀ ਹੋਰ ਸੀ ਦੂਸਰੇ ਗੁਰੂ ਹੋਰ ਸੀ ਜਿਨ ਜਾਨਾ ਤਿੰਨ ਹੀ ਸੁਧ ਪਾਈ ਬਿਨ ਸਮਝੇ ਸੁਧ ਹੱਥ ਨਾ ਆਈ ਜਿਨ੍ਹਾਂ ਨੇ ਦਸਾਂ ਸਰੂਪਾਂ ਨੂੰ ਇੱਕ ਸਮਝਿਆ ਨਾ ਪ੍ਰਤੱਖ ਹੁਣ ਸੰਗਤ ਦੇ ਵਿੱਚ ਸਤਸੰਗਤ ਜੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਿੱਕ ਸਮਝਦੇ ਗੁਰੂ ਨਾਨਕ ਨੂੰ ਵੱਖਰਾ ਨਹੀਂ ਸਮਝਦੇ ਉਹਨਾਂ ਨੂੰ ਮੋਕਸ਼ ਮਿਲੇਗੀ ਨਹੀਂ ਸਤਸੰਗਤ ਜੀ ਉਹ ਭ੍ਰਮਤੀ ਵਿੱਚ ਪਏ ਰਹਿਣਗੇ ਐਸੇ ਸਤਿਗੁਰੂ ਨਾਨਕ ਦੇਵ ਜੀ ਨੇ ਖਾਲਸਾ ਜੀ ਉਸ ਤੋਂ ਉਪਰੰਤ ਕਰਤਾਰਪੁਰ ਰਾਵੀ ਦੇ ਕਿਨਾਰੇ ਵਸਾਉਣਾ ਖੇਤੀਆਂ ਕਰਾਉਣੀਆਂ ਗੁਰਸਿੱਖਾਂ ਨੂੰ ਦੱਸ ਦੇਣਾ ਕਿ ਗ੍ਰਸਤ ਵਿੱਚ ਰਹਿਣਾ ਕਿਰਤ ਵੀ ਕਰਨੀ ਹੈ ਧਰਮ ਦੀ ਪਰ ਫਿਰ ਮੋਹ ਨਹੀਂ ਕਰਨਾ ਖੇਤੀਆਂ ਕਰਾਈਆਂ ਜਿਸ ਵੇਲੇ ਹਾੜੀ ਵੱਢ ਲਈ ਕਹਿੰਦੇ ਲਾ ਦਿਓ ਅੱਗ ਇਸ ਨੂੰ ਕੋਈ ਹੈ ਕਿਸੇ ਦਾ ਹਿਰਦਾ ਐਡਾ ਵਿਸ਼ਾਲ ਜਿਹੜਾ ਕੀਤੀ ਉਹਨੂੰ ਤੇ ਅੱਗ ਲਾ ਦੇਵੇ ਸਿੱਖ ਮੁੱਕਰ ਗਏ ਕਹਿੰਦੇ ਮਹਾਰਾਜ ਸਾਲ ਹੋ ਗਿਆ ਦੇਖਦਿਆਂ ਨੂੰ ਖੇਤ ਖੱਤਿਆਂ ਵੱਲ ਫਸਲ ਮਸਾਂ ਬੀਜੀ ਹੈ ਤੁਸੀਂ ਅੱਗ ਲਵਾਉਂਦੇ ਹੋ ਇਹ ਕਿਹੜੀ ਸਿਆਣਪ ਹੈ ਅਸੀਂ ਜਾਂਦੇ ਹਾਂ ਘਰਾਂ ਨੂੰ ਅਸੀਂ ਨਹੀਂ ਸਾਤੋਂ ਅੱਗ ਨਹੀਂ ਲੱਗਦੀ ਕਹਿੰਦੇ ਜਾਓ ਭਾਈ ਤੁਹਾਨੂੰ ਕਿਹਨੇ ਬੁਲਾਇਆ ਵਿਚਾਰ ਵਾਲੇ ਸਿੱਖਾਂ ਨੇ ਕੀ ਸੋਚਿਆ ਕਹਿੰਦੇ ਬਈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਹਿ ਮਹਿਲ ਪਾਏ ਸੀ ਆਪਾਂ ਗੁਰੂ ਕਾ ਹੁਕਮ ਮੰਨਣਾ ਕਿ ਆਪਣੀ ਬੁੱਧੀ ਵਰਤਣੀ ਹੈ ਸਤਿਗੁਰੂ ਜੀ ਦਾ ਹੁਕਮ ਨਾਲ ਖੇਤੀ ਕੀਤੀ ਹੈ ਹੁਕਮ ਹੁਣ ਮੰਨੋ ਅੱਗ ਲਾਤੀ ਸਤਸੰਗ ਜੀ ਸਾਰਾ ਅੰਨ ਸਾੜ ਕੇ ਰੱਖਤਾ ਲੰਗਰ ਕਿੱਥੋਂ ਚੱਲਣੇ ਨੇ ਉਸ ਤੋਂ ਉਪਰੰਤ ਸਤਸੰਗਤ ਜੀ ਲੰਗਰ ਮਸਤਾਨੇ ਕਰ ਦਿੱਤੇ ਅਠ ਪਹਿਰਾ ਪ੍ਰਸ਼ਾਦਾ
ਘਰਾਂ ਨੂੰ ਜਾਣ ਲੱਗ ਗਏ, ਕਹਿੰਦੇ ਭੁੱਖਾ ਕਿਹੜਾ ਮਰੇ ਇੱਥੇ। ਫਿਰ ਦੂਜੇ ਦਿਨ ਪ੍ਰਸ਼ਾਦਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਜਿੰਨੀਆਂ ਸੰਗਤਾਂ ਸੀ ਖਾਣ ਪੀਣ ਪੇਟ ਪਾਲ ਤੂੰ ਮਹੱਤਰ ਸਾਰੇ ਨੱਟ ਗਏ। ਜਦੋਂ ਸਤਸੰਗ ਜੀ ਥੋੜ੍ਹੇ ਸਿੱਖ ਰਹਿ ਗਏ ਸਿਦਕੀ, ਆਪ ਜੀ ਸਤਸੰਗ ਜੀ ਬੜਾ ਭਾਰੀ ਤਪ ਕੀਤਾ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਐਵੇਂ ਨਹੀਂ ਆ ਪੰਥ ਖਾਲਸਾ ਹੁਣ ਤੱਕ ਪ੍ਰਫੁੱਲਤ ਹੋ ਰਿਹਾ, ਜਿਨ੍ਹਾਂ ਦੇ ਗੁਰੂਆਂ ਨੇ ਇੰਨਾ ਤਪ ਕਰਕੇ ਕਮਾਈ ਕੀਤੀ ਸੀ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜਿਵੇਂ ਮਾਂ ਬਾਪ ਸਾਰੀ ਜ਼ਿੰਦਗੀ ਕਮਾ ਕੇ ਬੱਚੇ ਦੀ ਝੋਲੀ 'ਚ ਪਾਉਂਦੇ, ਰਹਿ ਪੁੱਤ ਆਪਦੇ ਕਈ ਪੀੜ੍ਹੀਆਂ ਛਕਦਾ ਰਹੀ, ਮੈਂ ਇੰਨੀ ਕਮਾਈ ਕਰਦੀ ਤੁਹਾਨੂੰ ਮੁੱਕਣੀ ਨਹੀਂ। ਪਰ ਫਿਰ ਵੀ ਉਹ ਮੁੱਕ ਜਾਂਦੀ। ਪਰ ਗੁਰਸਿੱਖੋ, ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਮੁੱਕਣ ਵਾਲਾ ਨਹੀਂ। ਹੇ ਗੁਰਸਿੱਖੋ, ਖਾਇਓ, ਧਾਰਨ ਕਰਿਓ ਉਸ ਗੁਰਬਾਣੀ ਨੂੰ, ਖਰਚਿਓ, ਸੂਮ ਨਾ ਬਣਿਓ, ਕੰਨਾ ਵੱਟੀ ਕੁਰਨੂ ਕਰਨ ਵਾਲੀ ਆਦਤ ਨਾ ਪਾ ਲਿਓ ਪਖੰਡੀ ਗੁਰੂਆਂ ਵਾਂਗੂ। ਤਨ ਕਹੋ ਗੁਰ ਅਰਜਨ ਕੋ, ਜੇ ਨਾਮ ਕੋ ਖੋਲ ਦਿਖਾਇਓ ਖਜ਼ਾਨਾ। ਰਾਗ ਹੀ ਰਾਗ ਮੈਂ ਸ਼ਬਦ ਮਨਾਏ ਕੇ ਗ੍ਰੰਥ ਕੀਆ ਹੈ ਸਮੇਰ ਸਮਾਨਾ। ਅੱਜ ਕੋਈ ਲੁਕੋ ਕੇ ਰੱਖਿਆ ਖਾਲਸੇ ਨੇ, ਥਾਂ ਥਾਂ ਕੀਰਤਨ ਦੀਆਂ ਗੂੰਜਾਂ ਪੈਂਦੀਆਂ, ਥਾਂ ਥਾਂ ਸਤਿ ਸ੍ਰੀ ਗੁਰਬਾਣੀ ਦੇ ਪਾਠ ਹੁੰਦੇ। ਔਰ ਸੰਗਤਾਂ 'ਚ ਕਦੇ ਲੁਕੋ ਕੇ ਕੋਈ ਰੱਖਿਆ ਹੈ? ਭੋਜਨ ਕਿਸੇ ਨੇ ਲੁਕੋ ਕੇ ਰੱਖਿਆ? ਸਾਰੀਆਂ ਸੰਗਤਾਂ ਛਕਦੀਆਂ ਹਨ। ਤੋਟ ਨਾ ਆਵੇ ਵੱਧ ਦੋ ਜਾਈ, ਵਰ ਦੇ ਤੱਕ ਘਾਟਾ ਨਹੀਂ ਆ, ਵਧੇਗਾ ਸਮਾਂ ਤੇ ਖਜ਼ਾਨਾ। ਜਿਸ ਵੇਲੇ ਸਤਸੰਗਤ ਜੀ 22 ਮੰਜੀਆਂ ਦਿੱਤੀਆਂ ਗੁਰੂ ਅਮਰਦਾਸ ਜੀ ਨੇ, ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਨੂੰ ਸੁਣਾਉਂਦੇ ਸੀ, ਕਹਿੰਦੇ ਮਹਾਰਾਜ ਮੇਰੇ ਮਨ 'ਚ ਚਿੰਤਾ ਹੋ ਗਈ, ਗੁਰੂ ਨਾਨਕ ਦੇਵ ਜੀ ਕਮਾਈ ਮੁੱਕਣ ਤਾਂ ਨਹੀਂ ਲੱਗਦੀ, ਉਹ ਤਾਂ ਖਰਚੀ ਬਹੁਤ ਜਾਂਦੇ ਨੇ। ਜਦੋਂ ਬਿਰਤੀ ਕਾਦਰ ਕਰਕੇ ਦੇਖੀ, ਖਜ਼ਾਨਾ ਕਈ ਗੁਣਾ ਵਧਿਆ ਦੇਖਿਆ ਭਗਤੀ ਦਾ ਨਾਮ ਦਾ। ਇਹ ਅਮੁੱਕ ਨਾਮ ਹੈ ਖਾਲਸਾ ਜੀ, ਮੁੱਕਣ ਵਾਲਾ ਗੁਰੂ ਨਾਨਕ ਦੇਵ ਜੀ ਦਾ ਘਰ ਦਾ ਨਾਮ ਨਹੀਂ ਹੈ। ਸੋ ਪ੍ਰੇਮੀ ਜਨੋ, ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਮਰੱਥ ਹਨ, ਜਿਨ੍ਹਾਂ ਨੇ ਦਸਾਂ ਜੋਤਾਂ 'ਚ ਸਤਸੰਗ ਜੀ ਵਰਤ ਕਰਕੇ ਆਪਾਂ ਨੂੰ ਸਤਸੰਗ ਜੀ ਗੁਰਸਿੱਖੀ ਦੀਆਂ ਫਲਵਾੜੀਆਂ ਥਾਂ ਥਾਂ 'ਤੇ ਕੰਮ ਕਰ ਦਿੱਤੀਆਂ। ਸੋ ਸਤਿਗੁਰੂ ਸਤਸੰਗਤ ਜੀ, ਆਪ ਜਿਸ ਵੇਲੇ ਕਰਤਾਰਪੁਰ ਸਿੱਖਾਂ ਦੀ ਲੱਗੇ ਪਰਖ ਕਰਨ, ਕਹਿੰਦੇ ਆਓ ਭਾਈ, ਧਾਨਕ ਰੂਪ ਰਹਾ ਕਰਤਾਰ, ਪਰਖਣ ਲੱਗੇ। ਇੱਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੋਕੇ ਸਦਾ ਬਿਆਰ, ਕੂਰ ਛੁਰਾ ਮੁੱਠਾ ਮਰਦਾਰ, ਧਾਨਕ ਰੂਪ ਰਹਾ ਕਰਤਾਰ, ਇਹ ਰੂਪ ਧਾਰਿਆ ਗੁਰੂ ਨਾਨਕ ਦੇਵ ਜੀ ਨੇ। ਲੱਸੀ ਦੇ ਛਿੱਟੇ ਮਾਰ ਲਏ, ਮੱਖੀਆਂ ਭਿਣਕਣ ਲੱਗ ਗਈਆਂ, ਬਾਣ ਸਰੀਰ ਨੂੰ ਵੜ ਲਿਆ, ਜੂੜਾ ਉੱਚਾ ਜਿਹਾ ਕਰ ਲਿਆ, ਮੜੇਸ ਮਾਰ ਲਿਆ ਉੱਤੇ ਬਸਤਰ ਦਾ, ਅਨਘੜ ਸੋਟਾ ਫੜ ਲਿਆ, ਕਹਿੰਦੇ ਆਓ ਸਾਡੇ ਨਾਲ, ਕੀ ਦੇਖਦੇ ਹੋ ਇੱਥੇ ਬੈਠੇ? ਤੇ ਉਹ ਲੰਗਰ ਤਾਂ ਖਤਮ ਹੋ ਚੁੱਕੇ ਸੀ। ਜਦੋਂ ਸਤਸੰਗ ਜੀ ਰੌਣਕਾਂ ਚੱਕੀਆਂ ਗਈਆਂ, ਥੋੜ੍ਹੇ ਜਿਹੇ ਗਿਣਤੀ ਦੇ ਸਿੱਖ ਰਹਿ ਗਏ, ਜਿਨ੍ਹਾਂ ਨੂੰ ਨੇਚਾ ਸੀ ਜਿਹੜੇ ਨੇੜੇ ਜਾਵੇ, ਜਦੇ ਹੀ ਸਤਸੰਗ ਜੀ ਉਹਦੇ ਢੂਹੇ ਦੇ ਵਿੱਚ ਮਾਰਨ ਕੁੱਤਕਾ, ਸਾਰਿਆਂ ਦੇ ਮਨ ਡੋਲ ਗਏ। ਉਹ ਬਹੁਤੀ ਤਪ ਘਰ ਤਪੱਸਿਆ ਕਰਦੇ ਸੀ, ਸਾਰੀ ਸਾਰੀ ਰਾਤ ਤੇਰਾ ਨਾਮ ਸੁਹਾਵਾ, ਤੇਰਾ ਭਗਤ ਸੁਹਾਵਾ, ਤੇਰਾ ਨਾਮ ਸੁਹਾਵਾ, ਤੇਰਾ ਭਗਤ ਸੁਹਾਵਾ। ਹੇ ਵਾਹਿਗੁਰੂ, ਭਗਤ ਵੀ ਕਲਯੁਗ ਦਾ ਸਮਾਂ ਹੈ, ਅਬ ਕਲੂ ਆਏ ਔਰ ਇੱਕ ਨਾਮ ਬੋਬੋ ਬੋਬੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਨ ਰੁੱਤ ਨਾਮ ਰੇ, ਆਹ ਕਲਯੁਗ ਦੇ ਅੰਦਰ ਨਾਮ ਜਪਣ ਦੀ ਰੁੱਤ ਹੈ। ਭਗਤ ਵੀ ਸੁਹਾਵਾ ਹੈ, ਰਾਤ ਦਾ ਤੜਕੇ ਦਾ ਸਮਾਂ ਦਰਿਆ ਦਾ ਕਿਨਾਰਾ ਹੋਵੇ। ਸੋ ਸਤਸੰਗ ਜੀ ਨਾਮ ਵੀ ਸੋਭਨੀਕ ਹੈ, ਕਲਯੁਗ ਦਾ ਸਮਾਂ ਵੀ ਸੋਭਨੀਕ ਹੈ। ਬੜਾ ਭਾਰੀ ਸਤਸੰਗ ਜੀ ਤਪ ਕੀਤਾ, ਜੇ ਭੁੱਖ ਲੱਗਣੀ ਅੱਕ ਦੀ ਕੁਕੜੀ ਜਾਂ ਰੇਤੇ ਦਾ ਫੱਕਾ ਮਾਰ ਲੈਣ, ਰਾਤ ਨੂੰ ਬਰਾਜਣਾ ਕਿੱਥੇ ਰੋੜਾਂ ਉੱਤੇ ਕਿਤੇ ਨੀਂਦ ਨਾ ਆ ਜਾਵੇ, ਉਹ ਤਪ ਕੀਤਾ ਖਾਲਸਾ ਜੀ। ਅਮੁੱਕ ਖਜ਼ਾਨਾ ਨਹੀਂ ਮੁੱਕੇਗਾ ਜਿੰਨਾ ਚਿਰ ਦੁਨੀਆ ਹੈ। ਉਸ ਦੇ ਵਿੱਚੋਂ ਜੇ ਕਿਣਕਾ ਇੱਕ ਜੇ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ, ਉਹ ਕਿਣਕਾ ਕਿਣਕਾ ਆਪਣੇ ਹਿਰਦਿਆਂ 'ਚ ਵੱਸ ਗਿਆ ਨਾ ਜਿੱਦਣ, ਖਾਲਸਾ ਜੀ ਉਦਣ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਭੇਦ ਹੋ ਜਾਵਾਂਗੇ। ਜਿਸ ਵੇਲੇ ਸਤਸੰਗਤ ਜੀ ਆਉਣ ਨੇੜੇ ਸੋਟਾ ਮਾਰਨ ਡੋਲ ਗਏ, ਕਿਹਨੇ ਤਾਂ ਦਿਮਾਗ 'ਚ ਫਰਕ ਪੈ ਗਿਆ, ਕੁੱਤੇ ਕੁੱਤੀਆਂ ਨਾਲ ਰਲਾ ਲਏ, ਹੋਰ ਹੀ ਤਰ੍ਹਾਂ ਦਾ ਰੂਪ ਧਾਰਿਆ ਧਾਨਕਾਂ ਵਾਲਾ, ਬਹੁਤ ਸਾਰੇ ਚਲੇ ਗਏ। ਫਿਰ ਜਿਹੜੇ ਬਾਕੀ ਰਹਿ ਗਏ ਉਹਨਾਂ ਨੇ ਕਹਿੰਦੇ ਆਓ ਰਾਵੀ ਵੱਲ ਨੂੰ, ਹੁਣ ਹੁਕਮ ਵੀ ਮੰਨਣਾ ਹੋਇਆ, ਜਦ ਹਾਕ ਮਾਰਦੀ ਚੱਲੋ ਸਾਡੇ ਨਾਲ। ਗਾਹਾਂ ਸਤਸੰਗਤ ਜੀ ਮਾਇਆ ਦਿਖਾਈ, ਪੈਸੇ ਹੀ ਪੈਸੇ, ਡੋਲ ਗਏ, ਕਹਿੰਦੇ ਆ ਦੱਬਣੇ ਨੇ,
ਪੰਡਾ ਬੰਨ ਕੇ ਘਰਾਂ ਨੂੰ ਤੁਰ ਗਏ। ਜਿਹੜੇ ਨਾ ਨਹੀਂ ਚੱਕੇ ਦੋਨਾਂ ਨੂੰ ਰੁਪਈਏ ਦਿਖਾਏ, ਰੁਪਈਏ ਬੰਨ ਕੇ ਚਲੇ ਗਏ। ਤੀਜਿਆਂ ਨੂੰ ਮੋਹਰੀਆਂ ਮੋਹਰਾਂ ਦਿਖਾਈਆਂ, ਮੋਹਰਾਂ ਲੈ ਕੇ ਚਲੇ ਗਏ। ਫੇਰ ਮੁੜੇ ਆਵਾਂਗੇ, ਘਰ ਤਾਂ ਛੱਡ ਆਈਏ, ਪਿੱਛੇ ਘਰ ਦਾ ਮੋਹ ਜੀ ਉਹ ਸੀ। ਕੌਣ ਰਿਹਾ ਬਾਕੀ ਸਤਸੰਗਤ ਜੀ? ਗੁਰੂ ਅੰਗਦ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ, ਇਹ ਚਾਰੇ ਰਹਿ ਗਏ। ਕੀ ਦਿਖਾਇਆ? ਮੁਰਦਾ ਦਿਖਾਇਆ। ਕਹਿਣ ਲੱਗੇ, ਕਿਉਂ ਉਹਨੇ ਸਾਡੇ ਮਗਰ ਫਫਾ ਕੁੱਟਣੇ ਹੋ? ਕਹਿੰਦੇ ਮਹਾਰਾਜ, ਤੁਹਾਡੇ ਸਿੱਖ ਹਾਂ, ਸਾਡੇ ਸਿੱਖ ਹੋ ਤਾਂ ਫਿਰ ਆਗਿਆ ਮੰਨੋ, ਆਹ ਮੁਰਦਾ ਖਾਓ। ਬਾਬਾ ਬੁੱਢਾ ਜੀ ਜਿਵੇਂ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਅਸੀਂ ਝਾੜਾਂ ਦੇ ਉਹਲੇ ਤਿੰਨੇ ਹੋ ਗਏ, ਉਸ ਵੇਲੇ ਬਾਹਰ ਦਾ ਪ੍ਰਤਾਪ ਨਹੀਂ ਸਹਾਰ ਸਕੇ। ਗੁਰੂ ਅੰਗਦ ਦੇਵ ਜੀ ਇਰਦ ਗਿਰਦ ਫਿਰਨ ਲੱਗ ਗਏ। ਕਹਿੰਦੇ ਪੁਰਖਾ ਕੀ ਦੇਖਦਾ? ਕਹਿੰਦੇ ਮਹਾਰਾਜ ਮੈਂ ਹੁਕਮ ਚਾਹੁੰਦਾ ਵੀ ਕਿੱਧਰੋਂ ਸ਼ਕਾ ਉਹਨਾਂ ਕੋਲ, ਇੱਧਰੋਂ ਕਿਉਂ ਸ਼ੁਰੂ ਕੀਤਾ? ਕਹਿੰਦੇ ਪੈਰਾਂ ਤੋਂ ਸ਼ੁਰੂ ਕਰਕੇ ਸਿਰ ਤੱਕ ਖਾ। ਜਦੋਂ ਚਾਦਰਾ ਚੱਕਿਆ ਤਾਂ ਕੜਾਹ ਪ੍ਰਸ਼ਾਦ ਲੰਮੇ ਪਿਆ ਲੁੱਟ ਪਿਆ ਦੇਖਿਆ ਗੁਰਦੇਵ ਨੂੰ, ਨੱਠ ਕੇ ਆ ਕੇ ਜੱਫੀ ਪਾ ਲਈ। ਕਹਿੰਦੇ ਤੁਸੀਂ ਲੈਣਾ, ਅਸੀਂ ਦੇਣਾ। ਐਡੀ ਵੱਡੀ ਪਰਖ ਕਰਕੇ ਸਤਸ੍ਰੀ ਦੂਸਰੀ ਜੋਤ ਵਿੱਚ ਜੋਤ ਵਰਤਣੀ ਆ, ਐਵੇਂ ਨਹੀਂ ਵਰਤੀ। ਸੋ ਗੁਰਸਿੱਖੋ, ਜਿਸ ਵੇਲੇ ਚਰਨਾਂ 'ਤੇ ਮੱਥਾ ਟੇਕਣ ਲੱਗੇ ਗੁਰਤਾ ਗੱਦੀ ਦੇਣ ਵੇਲੇ, ਗੁਰੂ ਅੰਗਦ ਦੇਵ ਜੀ ਨੇ ਛੇਤੀ ਦੇਣੇ ਚਰਨ ਪਰੇ ਕਰ ਲਏ। ਮਾੜਾ ਜਿਹਾ ਅੰਗੂਠਾ ਅੰਗੂਠੇ ਨੂੰ ਹੱਥ ਛੋਹ ਗਿਆ। ਜਦੇ ਹੀ ਵਚਨ ਕਰ ਦਿੱਤੇ, ਹੇ ਅੰਗੂਠੇ ਤੇਰੇ ਵਰਗਾ ਪਾਪੀ ਕੌਣ ਹੋਊ, ਤਾਂ ਗੁਰੂ ਨਾਨਕ ਦੇਵ ਜੀ ਦੇ ਹੱਥ ਲਵਾ ਲਏ ਆਪ ਨੂੰ। ਜਾ ਤੈਨੂੰ ਕੋਢ ਹੋ ਜੇ, ਸਤਸੰਗ ਜੀ ਆਖੋ ਵਾਹਿਗੁਰੂ। ਸਾਰੀ ਜ਼ਿੰਦਗੀ ਗੁਰੂ ਅੰਗਦ ਦੇਵ ਜੀ ਨੇ ਜ਼ਖਮ ਨਹੀਂ ਰਾਜੀ ਹੋਣ ਦਿੱਤਾ, ਉਹਨੂੰ ਸਜ਼ਾ ਦਿੱਤੀ ਅੰਗੂਠੇ ਨੂੰ। ਇਹਨੂੰ ਕਹਿੰਦੇ ਭਾਉ ਭਗਤੀ। ਗੁਰੂ ਅਮਰਦਾਸ ਜੀ ਦੀ ਧਨ ਸੇਵਾ, ਰਾਤ ਨੂੰ ਚੀਸ ਪੈਣੀ ਅੰਗੂਠੇ 'ਚ, ਆਪ ਨੇ ਬਰਾਤ ਜਾਣਾ, ਗੁਰੂ ਅੰਗਦ ਦੇਵ ਜੀ ਨੇ ਥੱਲੇ ਪੈਂਦ ਵੱਲ ਬੈਠ ਕੇ ਮੂੰਹ 'ਚ ਅੰਗੂਠਾ ਲੈ ਕੇ ਰੱਖਣਾ, ਜੇ ਲਹੂ ਮੂੰਹ 'ਚ ਪੈ ਜਾਣਾ ਉਹਨੂੰ ਥੁੱਕੇ ਆਉਣਾ ਬਾਹਰ, ਫਿਰ ਮੂੰਹ 'ਚ ਲੈ ਕੇ ਬੈਠ ਜਾਣਾ। ਕੋਈ ਹੈ ਸੇਵਾ ਕਰਨ ਵਾਲਾ ਸਤਸੰਗਤ ਜੀ? ਐਸਾ ਗੁਰੂ ਨਾਨਕ ਦੇਵ ਜੀ ਜਿਹੜੀ ਘਰ ਦੀ ਸੇਵਾ, ਗੁਰੂ ਸਾਹਿਬ ਨੇ ਨਾਮ ਜਪ ਕੇ ਵੀ ਦਰਸਾਇਆ, ਸਿੱਖਾਂ ਨੂੰ ਸੇਵਾ ਕਰਕੇ ਵੀ ਦਿਖਾਇਆ ਵੀ ਸੇਵਾ ਕਰਨੀ ਉਹ ਤਾਂ ਇੱਥੇ ਤੱਕ ਕਰਨੀ ਹੈ। ਜਿਹੜਾ ਉਹ ਗੁਰੂ ਉਹੀ ਹੁੰਦਾ ਜਿਹੜਾ ਆਪ ਕਰਕੇ ਸਤਸੰਗ ਜੀ ਦਿਖਾ ਦੇਵੇ, ਫਿਰ ਸਵਾਦ ਆਉਂਦਾ ਉਪਦੇਸ਼ ਦੇਣ ਦਾ। ਉਪਦੇਸ਼ ਦੇਣ ਨੂੰ ਤਾਂ ਮਹੱਤਵ ਗਿਆਨੀ ਥਾਂ ਥਾਂ ਸਟੇਜਾਂ 'ਤੇ ਬੋਲਦੇ, ਸੇਵਾ ਕਰੋ, ਦਾਨ ਕਰੋ, ਮਾਇਆ ਦਾ ਤਿਆਗ ਕਰੋ, ਲੰਗਰ ਚਲਾ ਲੰਗਰਾਂ 'ਚ ਦਾਨ ਕਰੋ, ਆਓ ਸੰਗਤ ਦੇ ਵਿੱਚ ਉਪਦੇਸ਼ ਦੇਣਾ ਬਹੁਤ ਸੁਖਾਲਾ ਹੈ। ਲੇਕਿਨ ਖਾਲਸਾ ਜੀ, ਆਪ ਕਮਾਉਣਾ ਖਿਮਾ ਕਰਨੀ ਬਹੁਤ ਔਖਾ, ਵਾਹਿਗੁਰੂ ਕਿਰਪਾ ਕਰੇ। ਵਿੱਚ ਸੰਗਤ ਹਰ ਪਵਸੇ ਜੀਓ, ਆਹ ਸੰਗਤਾਂ ਸਤਿ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਵਿਆਪਕ ਹਨ। ਐਸੇ ਸਤਿਗੁਰੂ ਨਾਨਕ ਦੇਵ ਜੀ ਨੇ ਖੇਤੀਆਂ ਕਰਾਈਆਂ ਸਿੱਖਾਂ ਤੋਂ। ਜਿਸ ਵੇਲੇ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਗਏ ਨੇ, ਮਾਤਾ ਸੁਲੱਖਣੀ ਨੂੰ ਪੁੱਛਦੇ ਨੇ ਕਿੱਥੇ ਨੇ ਗੁਰੂ ਸਾਹਿਬ, ਕਹਿੰਦੇ ਬਾਹਰ ਨਦੀਨ ਘਾਹ ਕਢਾਉਂਦੇ ਨੇ ਚੌਲਾਂ ਦੇ ਵਿੱਚੋਂ। ਜਿਸ ਵੇਲੇ ਗਏ, ਸੋਹਣੇ ਵਸਤਰ ਪਾਏ ਹੋਏ, ਗੁਰੂ ਨਾਨਕ ਦੇਵ ਜੀ ਕਹਿੰਦੇ ਪੁਰਖਾ ਆ ਚੱਕ ਘਾਹ ਪਸ਼ੂਆਂ ਨੂੰ ਪਾਉਣਾ ਲਿਜਾ ਕਰਕੇ। ਹਲੇ ਆ ਗਏ ਹੀ ਸੀ ਹਲੇ ਕਠੂਰ ਸਾਹਿਬ ਤੋਂ, ਲਿਬੜਿਆ ਹੋਇਆ ਗਾਰੇ ਦਾ ਸਤਸੰਗ ਜੀ ਘਾਹ ਜਦੋਂ ਸਿਰ 'ਤੇ ਪੰਡ ਚੁਕਾਈ, ਚੌਂਦਾ ਆਵੇ ਸਾਰੇ ਸਤਸੰਗ ਜੀ ਭਿੱਜ ਗਿਆ ਲਿਬੜ ਗਏ ਬਸਤਰ। ਮਾਤਾ ਸੁਲੱਖਣੀ ਨੇ ਦੇਖਿਆ, ਕਹਿੰਦੇ ਮੇਰੇ ਪਤੀ ਜੀ ਕੋਈ ਖਿਆਲ ਨਹੀਂ ਕਰਦੇ, ਕਿਹਾ ਜਿਹਾ ਨੇਕ ਸੁਭਾਅ ਵਾਲਾ ਸਿੱਖ ਹੈ, ਆਇਆ ਸੀ ਇਹਦੀ ਸੇਵਾ ਜਲ ਪਾਣੀ ਪੁੱਛਣਾ ਸੀ ਇਸ ਨੂੰ, ਆਉਂਦੇ ਨੂੰ ਪੰਡਾਂ ਚੁਕਾ ਦਿੱਤੀਆਂ, ਬਸਤਰ ਇਹਦੇ ਖਰਾਬ ਕਰ ਦਿੱਤੇ। ਮਗਰ ਹੀ ਆਪ ਆ ਰਹੇ ਸੀ, ਗੁਰੂ ਨਾਨਕ ਦੇਵ ਦਿਨ ਦਾ ਛੁਪਾ ਸੀ। ਕਹਿਣ ਲੱਗੀ, ਪਤੀ ਦੇਵ ਦੇਖਤਾ ਲਿਆ ਕਰੋ, ਆਹ ਕਿੰਨੇ ਨੇਕ ਪੁਰਸ਼ ਆਇਆ ਸੀ, ਇਹਦੇ ਸਿਰ 'ਤੇ ਪੰਡ ਚੁਕਾ ਦੀ, ਹੋਰ ਸੇਵਕ ਸੀਗੇ ਉਹਨਾਂ ਨੂੰ ਚੁਕਾ ਦਿੰਦੇ, ਦੇ ਗਾਰੇ ਨਾਲ ਇਹਦੇ ਬਸਤਰ ਲਿਬੜ ਗਏ, ਨਵੇਂ ਬਸਤਰ ਸੀ। ਗੁਰੂ ਅੰਗਦ ਦੇਵ ਜੀ ਵੱਲ ਦੇਖ ਕੇ ਸਤਸੰਗ ਜੀ, ਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਸੁਲੱਖਣੀ ਆਹ ਦੇਖ ਤਾਂ ਇਹਦੇ ਸਿਰ ਦੇ ਉੱਤੇ ਦੀਨ ਦੁਨੀ ਦਾ ਛਤਰ ਝੂਲਦਾ ਕਿ ਇਹਦੇ 'ਤੇ ਪੰਡ ਹੈ ਨਦੀਨ ਦੀ, ਦੇਖ ਥੋੜ੍ਹੀ ਜਿਹੀ ਉੱਚ ਬਿਰਤੀ ਦੇ ਨਾਲ। ਜਦੋਂ ਮਾਤਾ ਨੇ ਦੇਖੀ, ਸਤਸ੍ਰੀ ਛਤਰ ਨਜ਼ਰ ਆਇਆ ਗੁਰੂ ਅੰਗਦ ਦੇਵ ਜੀ ਦੇ ਉੱਤੇ। ਜਦੇ ਹੀ ਸ਼ੰਕਾ ਹੋ ਗਈ ਵੀ ਮੇਰੇ ਪੁੱਤਰ ਨਹੀਂ ਗੁਰੂ ਬਣਨਗੇ, ਨਾਨਕ ਗੁਰ ਤੇ ਗੁਰ ਹੋਆ ਦੇਖੋ ਤਿਸ ਕੀ ਰਜਾਏ, ਪੁੱਤਰੀ ਕੌਣ ਨਾ ਪਾਲਿਓ,
ਕਰ ਤੀਰੋ ਕੰਨ ਮਰੱਟੀ ਹੈ, ਕੰਨਾਂ ਬੋਲ ਲਿਆ ਸਤਸੰਗ ਜੀ ਪੁੱਤਰਾਂ ਨੇ ਬਚਨ ਨਹੀਂ ਮੰਨੇ ਹੈ। ਹੋਰਿਓ ਗੰਗ ਵਹਾਈਆ ਦੁਨੀਆ ਦੁਨਿਆਈ ਆਖੇ ਕਿ ਕਿਉਂ ਨੇ ਦੁਨੀਆ ਕਹਿੰਦੀ ਕੀ ਹੋ ਗਿਆ ਕੀ ਹੋ ਗਿਆ, ਇਹ ਗੰਗਾ ਹੋਰ ਵੱਲ ਨੂੰ ਵਗਾ ਦਿੱਤੀ। ਰਾਮ ਚੰਦਰ ਨੂੰ ਮੂਰਛਿਤ ਕਰ ਦਿੱਤਾ ਸਾਰੀ ਫੌਜ ਸਮੇਤ ਡਬੂ ਕੁਸ਼ੂ ਹੋਣਾ ਨੇ, ਪਰ ਮੋਹ ਚਾਹ ਕੇ ਫਿਰ ਤਖ਼ਤ ਤੇ ਉਹੀ ਬੈਠ ਪੁੱਤ ਬਹਾਏ। ਇਸੇ ਤਰ੍ਹਾਂ ਬੇਅੰਤ ਸੇਵਕ ਸੀ ਕ੍ਰਿਸ਼ਨ ਦੇ, ਕਿਸੇ ਨੂੰ ਰਾਜ ਨਾ ਦਿੱਤਾ, ਆਪਦੇ ਨਾਨੇ ਨੂੰ ਰਾਜ ਦੇ ਉੱਤੇ ਸਤਸੰਗ ਜੀ ਅਸਤ ਕੀਤਾ। ਲੇਕਿਨ ਫਿਰ ਹਾਰ ਜਾਈਏ ਗੁਰੂ ਨਾਨਕ ਦੇਵ ਜੀ ਤੋਂ, ਖਾਲਸਾ ਜੀ ਪੁੱਤਰਾਂ ਵੱਲ ਨਹੀਂ ਤੱਕਿਆ ਹੈ। ਮਾਤਾ ਸੁਲੱਖਣੀ ਨੂੰ ਵੀ ਤਸੱਲੀ ਕਰਾ ਦਿੱਤੀ, ਸੁਲੱਖਣੀ ਕਿਉਂ ਚਿੰਤਾ ਕਰਦੀਆਂ, ਪੁੱਤਰ ਤੇਰੇ ਭੁੱਖੇ ਮਰਨਗੇ, ਇਸ ਘਰ ਦੇ ਤਾਂ ਕੁੱਤਿਆਂ ਨੂੰ ਵੀ ਦੁਨੀਆ ਮੰਨੇਗੀ, ਤੇਰੇ ਪੁੱਤਰਾਂ ਦੀ ਤਾਂ ਗਤੀ ਕੀ ਹੈ, ਕੀ ਬੇਦੀ ਸਤਿਕਾਰ ਨਹੀਂ ਪਾਉਂਦੇ, ਕੀ ਸੋਢੀ ਸਤਿਕਾਰ ਨਹੀਂ ਪਾਉਂਦੇ ਪੰਥ ਖਾਲਸੇ ਦੇ ਅੰਦਰ। ਸੋ ਪ੍ਰੇਮੀ ਜਣੋ, ਐਡਾ ਵੱਡਾ ਬਾਬੇ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਜਿਹਦੇ 'ਚ ਗੁਣ ਹੀ ਗੁਣ ਹਨ, ਕਿਸੇ ਪੱਖੋਂ ਵੀ ਸਤਸੰਗ ਜੀ ਕੋਈ ਨਿਉਣਤਾ ਹੀ ਨਹੀਂ, ਕਿਸੇ ਧਰਮ 'ਚ ਕੋਈ ਹੋਊ ਕਿਸੇ 'ਚ ਕੋਈ ਹੋਊ, ਇਸੇ ਕਰਕੇ ਆਪਣਾ ਜਿਹੜਾ ਸਤਸੰਗ ਜੀ ਇਹ ਗੁਰਸਿੱਖੀ ਧਰਮ ਹੈ, ਇਹ ਕਿਸੇ ਦਾ ਬੁਰਾ ਨਹੀਂ ਚਿਤਵਦਾ, ਕਿਸੇ ਧਰਮ ਦਾ ਵਿਰੋਧੀ ਨਹੀਂ। ਜੇ ਕੋਈ ਸਟੇਜ 'ਤੇ ਆ ਕੇ ਦੂਸਰੇ ਧਰਮ ਦੀ ਨਿੰਦਿਆ ਇੱਥੇ ਕਰਦਾ ਹੈ ਉਹ ਗਲਤੀ ਕਰਦਾ ਹੈ, ਔਰ ਉਹ ਦੇਣਦਾਰ ਹੋਵੇਗਾ। ਖਾਲਸਾ ਜੀ, ਇੱਥੇ ਨਿੰਦਿਆ ਨੂੰ ਥਾਂ ਨਹੀਂ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਉਹ ਸਤੀ ਕਰੋ, ਵਾਹਿਗੁਰੂ ਦੀ ਕਰੋ, ਗੁਰੂਆਂ ਦੀ ਕਰੋ, ਸੰਗਤ ਦੀ ਕਰੋ, ਜੋ ਹਰ ਜਨ ਕੀ ਉਸਤ ਹੈ ਸਾ ਹਰ ਕੀ ਵਡਿਆਈ, ਸੰਤਾਂ ਭਗਤਾਂ ਦੀ ਕਰੋ, ਇੱਥੇ ਨਿੰਦਿਆ ਨੂੰ ਗੁੰਜਾਇਸ਼ ਨਹੀਂ। ਜਿਹੜੀ ਵਿਪਰਨ ਕੀ ਦੇ ਦੁਨੀਆਂ ਦੇ ਪ੍ਰਚਾਰ ਹੁੰਦੇ ਨੇ, ਸਤ ਸੰਗਤ ਜੀ ਜਿਹੜੀ ਵਿਪਰਾਂ ਦੀ ਰੀਤੀ ਸੀ ਉਹ ਅੱਜ ਸਾਡੀ ਵੀ ਹੈ, ਖਿਮਾ ਕਰਨੀ, ਝਾਤੀ ਮਾਰ ਕੇ ਦੇਖ ਲਿਓ ਦਿਲਾਂ ਦੇ ਵਿੱਚ। ਇਸ ਕਰਕੇ ਖਾਲਸਾ ਜੀ, ਐਸੀ ਉੱਤ ਮਹਾਰਾਜ ਨੇ ਸਿੱਖਿਆ ਦਿੱਤੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਕਹਿਣ ਲੱਗੇ ਜਿਹੜੇ ਤੈਨੂੰ ਲਿਬੜੇ ਦਿਸਦੇ ਚੋਲਾ, ਇਹਨਾਂ 'ਤੇ ਕੇਸਰ ਛਿੜਕਿਆ ਹੋਇਆ ਹੈ। ਜਦ ਮਾਤਾ ਸੁਲੱਖਣੀ ਨੇੜੇ ਹੋਈ, ਗਾਰਾ ਕੀ ਸੁਗੰਧੀ ਆਵੇ ਕੋਲੋਂ, ਐਸੇ ਕੌਤਕ ਗੁਰੂ ਨਾਨਕ ਦੇਵ ਜੀ ਨੇ ਸਤਸੰਗ ਜੀ ਦਰਸਾਏ। ਫਿਰ ਕਿਤੇ ਨਹੀਂ ਆਉਂਦਾ ਕਿ ਗੋਪੀਆਂ ਨੂੰ ਉਪਦੇਸ਼ ਦਿੱਤਾ ਕ੍ਰਿਸ਼ਨ ਨੇ, ਕਿਤੇ ਨਹੀਂ ਆਉਂਦਾ ਕਿ ਸੀਤਾ ਦਾ ਹਿਰਦਾ ਸ਼ਾਂਤ ਕਰ ਦਿੱਤਾ ਰਾਮ ਚੰਦਰ ਨੇ। ਜੀਓ ਡਰਤਾ ਆਪਣਾ ਕੈਸੋ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸੁਧਾ ਸੁਧਾ ਦਾ ਤਾਰ। ਮਾਤਾ ਸੁਲੱਖਣੀ ਨੂੰ ਉਪਦੇਸ਼ ਦੇ ਕੇ ਸਤਸੰਗਤ ਜੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾ ਦਿੱਤੀ ਇਹ ਸ਼ਬਦ ਦੁਆਰਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਨਰ ਮਨੁੱਖਾਂ ਨੂੰ ਇੱਕ ਮਧਾਨਾ, ਪੁਰਸ਼ਾਂ ਇਸਤਰੀਆਂ ਨੂੰ ਇੱਕੋ ਜਿਹਾ ਖਜ਼ਾਨਾ ਗੁਰਬਾਣੀ ਦਾ ਸਤਸੰਗ ਜੀ ਬਖਸ਼ ਦਿੱਤਾ, ਔਰ ਆਪੋ ਆਪਣੇ ਥੰਮ ਧਰਮ ਨਿਭਾਉਣ ਦੀ ਸਤਸੰਗ ਜੀ ਪਤਵਰਤਾ ਧਰਮ ਸਤਵਰਤਾ ਧਰਮ ਦੋਨੋਂ ਨਿਭਾਉਣੇ, ਔਰ ਗੁਰਬਾਣੀ ਦੀ ਓਟ ਰਹਿ ਕੇ ਸਤਸੰਗਤ ਜੀ ਆਪਣੇ ਮਾਨਸ ਦੇਹੀ ਦੇ ਅੰਦਰ ਗੁਰਮਤ ਦੇ ਦਾਇਰੇ 'ਚ ਰਹਿ ਕੇ ਜੀਵਨ ਬਤੀਤ ਕਰਦੇ ਹਾਂ, ਸਤਸੰਗ ਜੀ ਸਫਲ ਕਰਨਾ ਇਹ ਸਿਧਾਂਤ ਮਹਾਰਾਜ ਨੇ ਜਣਾ ਦਿੱਤਾ। ਸੋ ਗੁਰਸਿੱਖੋ, ਰਾਗੀ ਸਿੰਘ ਹਾਜ਼ਰ ਹਨ, ਕੀਰਤਨ ਆਪਨੇ ਸਰਵਣ ਕਰਨਾ ਹੈ। ਮਹਾਂਵਾਕ ਆਇਆ ਸੁਖਾਇਆ ਨਹੀਂ ਸੀ ਸਤਸੰਗਤ ਜੀ, ਇਹ ਫਿਰ ਆਪਾਂ ਕਥਾ ਕਰਦੇ ਹੀ ਰਹਿੰਦੇ ਹਾਂ। ਸਾਰੀਆਂ ਸੰਗਤਾਂ ਨੂੰ ਵਧਾਈ ਹੋਵੇ ਐਸੇ ਸਤਿਗੁਰੂ ਨਾਨਕ ਦੇਵ ਜੀ ਦੇ। ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਕੇਲੇ ਦੇ ਪੱਤੇ 'ਚੋਂ ਪੱਤੇ ਨਿਕਲਦੇ ਤੁਰੇ ਆਉਂਦੇ, ਕੋਈ ਅੰਤ ਨਹੀਂ। ਐਂ ਗੁਰੂ ਨਾਨਕ ਦੇਵ ਦੀਆਂ ਬਾਤਾਂ ਕਿਤੇ ਮੁੱਕਣ ਵਾਲੀਆਂ ਨੇ, ਆਪਾਂ ਮੁੱਕ ਜਾਵਾਂਗੇ, ਬਾਤਾਂ ਨਹੀਂ ਮੁੱਕਣਗੀਆਂ ਜੇ ਉਹ ਬਾਤਾਂ ਕਰਾਂਗੇ। ਬਾਤਾਂ ਦੇ ਅੰਦਰ ਹੀ ਬ੍ਰਹਮ ਗਿਆਨ ਹੈ, ਇਹਨਾਂ ਬਾਤਾਂ 'ਚੋਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ, ਔਰ ਬ੍ਰਹਮ ਗਿਆਨ ਦੇ ਆਸਰੇ ਹੀ ਬ੍ਰਹਮ 'ਚ ਲੀਨਤਾ ਪਾਈ ਦੀ ਹੈ। ਤਾਰੇ ਗਣੇ ਜਾਦ ਤੇਰੇ ਤਾਰੇ ਨੰਗ ਨਾਥ ਹੈ, ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਆਕਾਸ਼ ਦੇ ਤਾਰੇ ਗਿਣੇ ਜਾਣ ਤਾਂ ਗਿਣੇ ਜਾਣ, ਜਿੰਨੇ ਤੂੰ ਤਾਰ ਦਿੱਤੇ ਨਾ ਗੁਰਬਾਣੀ ਨਾਲ ਲਾ ਕੇ, ਉਹ ਨਹੀਂ ਗਿਣੇ ਜਾਂਦੇ ਕਿੰਨੇ ਕੁ ਤਰ ਗਏ। ਤੀਸਰੇ ਸਰੂਪ ਦੀ ਉਪਮਾ ਕੀਤੀ ਉਹੀ ਗੁਰੂ ਨਾਨਕ ਦੇਵ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਮਨ ਆਵੈ, ਹੇ ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ, ਔਰ ਕੋਈ ਕੌਣ ਕਰ ਸਕਦਾ ਹੈ। ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਸੰਤ ਗਨੰਤ ਨ ਆਵੈ, ਰਬ ਸਾ ਸੁਧਰ ਕਿਰਨ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਹਨੇ ਜੋ ਗਾਵੈ। ਇਹਨਾਂ ਨੂੰ ਸਾਰਿਆਂ ਨੂੰ ਗਿਆਨ ਧਿਆਨ ਦਾ ਅੰਤ ਲੈ ਸਕਦਾ, ਬਸੰਤ ਰੁੱਤ ਦੇ ਫੁੱਲ ਗਿਣ ਸਕਦਾ ਹੈ, ਅਕਾਸ਼ ਬੱਦਲ ਦੀਆਂ ਬੂੰਦਾਂ ਨੂੰ ਗਿਣ ਸਕਦਾ ਹੈ, ਪਰ ਸਤਸੰਗਤ ਜੀ ਗੁਰੂ ਸਾਹਿਬ ਦੇ ਗੁਣਾਂ ਦੀ ਗਿਣਤੀ ਮਿਣਤੀ ਨਹੀਂ ਹੈ। ਐਂ ਬੇਅੰਤ ਨਾ ਇਤੀ ਕਾਰਨਾ ਨਾ ਇਤੀ ਕਾਰਜਾ, ਕਾਰਨ ਕਾਰਜ ਕਰਕੇ ਬੇਅੰਤ ਹੀ ਬੇਅੰਤ ਹੈ। ਸੋ ਸਤਸੰਗਤ ਜੀ, ਐਸੀ ਉਪਮਾ ਗੁਰਸਿੱਖੋ ਗੁਰੂਆਂ ਦੀ ਹੈ, ਜਿਨ੍ਹਾਂ ਨੇ ਇਹੀ ਜਿਹੀ ਉਪਮਾ ਕੀਤੀ ਹੈ
ਇੱਕ ਆਵਨ ਫਿਰ ਜੋਨ ਆਇਆ ਨਾਨਕ ਹਰ ਕੇ ਦਰਸ ਸਮਾਇਆ। ਉਹ ਐਸੇ ਜੂਨ ਚ ਹੀ ਆਇਆ ਮੁੜ ਕੇ ਸਤਸੰਗ ਜੀ ਉਹ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਵੇਗਾ, ਇਹ ਫਲ ਮਿਲੇਗਾ ਪ੍ਰੇਮੀਆਂ ਨੂੰ। ਹਾਂ ਬਲਿਹਾਰੀ ਤਨਾ ਗੁਰਮੁਖ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ, ਐਵੇਂ ਨਹੀਂ ਭਾਈ ਗੁਰਦਾਸ ਨੇ ਲਿਖਿਆ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਆ ਜਿਨ੍ਹਾਂ ਨੇ ਪ੍ਰੇਮ ਭਾਵਨਾ ਧਾਰ ਕੇ ਗੁਰਪੁਰਬ ਮਨਾਏ ਨੇ, ਉਹਨਾਂ ਦਾ ਜੀਵਨ ਸਤਸੰਗ ਜੀ ਕਿਰਤ ਕਿਰਤ ਹੋਵੇਗਾ। ਇੱਥੇ ਹੀ ਬਸਰਾਮ ਦਿੰਦਾ ਖਾਲਸਾ ਜੀ। ਰਾਗੀ ਸਿੰਘ ਹਾਜ਼ਰ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।